चोण मुकाबलियां च विरोधी धिरां दे मुकाबले तां हुंदे असीं अक्सर वेखते हाँ, पर 2022 दीआं चोणां दे विच इस वार अकाली दल वर्सिज़ अकाली दल ते कांग्रेस वर्सिज़ कांग्रेस तों इलावा आम आदमी पार्टी वर्सिज़ आम आदमी पार्टी भी हुंदा दिखाई दे रहा। कई थावां ते सीट बदल नूं लै के जदों जहिद चल रही है, कई बाप अपने बेटे की दावेदारी ठोक रहे ने ते कईआं ने अपने हल्के बदले भी ने। इस वक्त असीं जिस शख्सियत दे नाल मौजूद हाँ, इन्हां दा नाम है लखवीर सिंह लोधी नंगल, बटाले तो विधायक ने पर चोणां फतेहगढ़ चूड़ियां तो लड़ रहे ने। इन्हां दे बारे भी कहा जाता है कि अकाली दल दे पुराने दावेदारां दी टिकट जिहड़ी आ लोधी नंगल साहब लै गए ने, पर वड्डा सवाल यह है कि इन्हां तमाम चुनौतियां नूं किवें वेखदे ने, सीट बदलण दा कारण की है और लोधी नंगल साहब की सियासत की हिस्टरी की है। इन्हां तमाम गल्लां ते असीं चानना पावांगे। अजिहा शायद पहली बार होवेगा कि लखवीर सिंह लोधी नंगल अपने सियासी सफर के नाल नाल अज अपनी निजी जिंदगी ते भी खुल के गलबात करनगे। लोधी नंगल साहब बहुत बहुत स्वागत थोड़ा। बहुत मेहरबानी जी, तुसी मैनूं रूबरू आउण दा मौका दिता। सब तो पहला सवाल, पिछलियां मुलाकातां बटाले होईआं, इस बार फतेहगढ़ चूड़ियां, वजह की है? दरअसल इस तरह जी के पार्टी सुप्रीम हुंदी आ, पार्टी दे सर्वे ते एनालाइज जिस तरह वो करदे ने, असीं पार्टी दे सिपाही आ, उहदे मुताबक सानूं पार्टी दा हुक्म मनणा पैंदा। बेसिकली हलका मेरा पहला भी एहो ही सी, इहदा नां फतेहगढ़ चूड़ियां हो गया, पहलो इहदा नां कादियां हुंदा सी, कादियां हुंदा सी, जिथे आपां बैठे आ वी कादियां दे विच सी, और जदों डीलिमिटेशन होई उदों कादियां हलके दा मोर दैन 60% एरिया जिहड़ा सी ओह फतेहगढ़ चूड़ियां दे नां दे थल्ले आ गया जी। ते जिहड़ा फतेहगढ़ चूड़ियां पुराना सी ओहदा मोर दैन 60% डेरा बाबा नानक चले गया, पर उदों जिहड़े साडे सत्कारयोग कालू साहब स्पीकर साहब सी, उहनां ने क्योंकि ਉਹ ਸਾਡੇ ਤੋਂ ਬੜੇ ਸੀਨੀਅਰ ਤੇ ਬੜੇ ਪਾਰਟੀ ਚ ਅੱਗੇ ਸਨ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਸ ਹਲਕੇ ਨੂੰ ਚੂਜ਼ ਕੀਤਾ ਤੇ ਉਹ ਫਤਿਹਗੜ੍ਹ ਚੂੜੀਆਂ ਆ ਗਏ। ਪਾਰਟੀ ਨੇ ਮੇਰਾ ਬਹੁਤ ਮਾਣ ਕੀਤਾ ਕਿ ਉਹਨਾਂ ਨੇ ਬਟਾਲਾ ਦੀ ਬੀਜੇਪੀ ਤੋਂ ਸੀਟ ਚੇਂਜ ਕਰਕੇ ਤੇ ਮੈਨੂੰ ਬਟਾਲੇ ਐਡਜਸਟ ਕਰਕੇ ਤੇ ਮੈਨੂੰ ਆਸ਼ੀਰਵਾਦ ਦਿੱਤਾ ਕਿ ਤੁਸੀਂ ਬਟਾਲੇ ਲੜੋ, ਇਸ ਕਰਕੇ ਮੈਂ ਬਟਾਲੇ ਲੜਨ ਵਾਸਤੇ ਚਲੇ ਗਿਆ। ਪਰ ਹੁਣ ਤੁਸੀਂ ਬਟਾਲਿਆਂ ਨਾਲ ਧੋਖਾ ਕਰਕੇ ਆ ਗਏ, ਤੁਸੀਂ ਉੱਥੋਂ ਭੱਜ ਗਏ, ਇਹ ਵੀ ਕਿਹਾ ਜਾਂਦਾ? ਦਰਅਸਲ ਇਸ ਤਰ੍ਹਾਂ ਜੀ ਕਿ ਵੇਖੋ, ਪਾਰਟੀ ਨੇ ਹੀ ਫੈਸਲਾ ਕੀਤਾ ਸੀ ਬਟਾਲੇ ਦਾ, ਤੇ ਬਟਾਲੇ ਦੇ ਵਿੱਚ 17 ਸਾਲਾਂ 'ਚ ਕੋਈ ਅਕਾਲੀ ਦਲ ਦਾ ਬੰਦਾ ਨਹੀਂ ਜਿੱਤ ਸਕਿਆ। ਬਟਾਲੇ ਸ਼ਹਿਰ ਦਾ ਸਿਨੈਰੀਓ ਜਿਸ ਤਰ੍ਹਾਂ ਦਾ ਹੈਗਾ ਤੁਸੀਂ ਸਾਰੇ ਜਾਣਦੇ ਜੇ, ਮੈਂ ਉੱਥੇ 12 ਦੇ ਵਿੱਚ ਤੇ ਬਹੁਤ ਥੋੜੇ ਦਿਨਾਂ ਪਾਰਟੀ ਵੱਲੋਂ ਜਦੋਂ ਟਿਕਟ ਮਿਲੀ 17-18 ਦਿਨ ਰਹਿੰਦੇ ਸੀ, ਪਰ ਮੈਂ ਉਹ ਇਲੈਕਸ਼ਨ ਹਾਰ ਗਿਆ ਕਿਉਂਕਿ ਬੀਜੇਪੀ ਦੇ ਵਿੱਚ ਕੜੱਤਨ ਸੀ ਕਿ ਸਾਡੀ ਸੀਟ ਜਿਹੜੀ ਆ ਖੋਲੀ ਗਈ ਆ। ਮੈਂ ਤੇ ਬੇਕਸੂਰ ਸਾਂ ਕਿਉਂਕਿ ਪਾਰਟੀਆਂ ਦਾ ਫੈਸਲਾ ਸੀ, ਮੇਰੇ ਆਖੇ ਤੇ ਕੋਈ ਖੋਈ ਨਹੀਂ ਸੀ, ਪਰ ਉਹਦਾ ਮੈਨੂੰ ਖਮਿਆਜ਼ਾ ਭੁਗਤਣਾ ਪਿਆ ਉਸ ਉਹਨਾਂ ਦੀ ਐਲਰਜੀ ਦਾ। ਤੋ ਮੈਂ ਫਿਰ ਵੀ ਉੱਥੇ ਵੱਡਾ ਦਫ਼ਤਰ ਲੈ ਕੇ ਰਾਤ ਦਿਨ ਮਿਹਨਤ ਕਰਕੇ ਬਹੁਤ ਸਖ਼ਤ ਮਿਹਨਤ ਕੀਤੀ। ਬਾਬੇ ਨਾਨਕ ਦੇ ਸਹੁਰਿਆਂ ਦਾ ਸ਼ਹਿਰ ਸੀ ਅਤੇ ਮੈਂ ਉਹਦੇ ਵਿੱਚ 17 ਦੀ ਇਲੈਕਸ਼ਨ ਦੇ ਵਿੱਚ ਮੈਂ ਉਦੋਂ ਸੀਟ ਜਿੱਤਣ ਦੇ ਵਿੱਚ ਕਾਮਯਾਬ ਹੋ ਗਿਆ। ਪਰ ਕਿਉਂਕਿ ਹਕੀਕਤ ਵਿੱਚ ਇਹ ਸੀ ਕਿ ਸ਼ਹਿਰ 75% ਵੋਟਾਂ ਨੇ ਤੇ ਪਿੰਡ ਸਿਰਫ 70 ਨੇ, ਤੇ ਇਸ ਵਾਰੀ ਅੱਗੇ ਨਾਲੋਂ ਬੈਟਰ ਪੋਜੀਸ਼ਨ ਸੀ ਕਿਉਂਕਿ ਮੈਂ ਜਦੋਂ ਇਲੈਕਸ਼ਨ 17 'ਚ ਲੜੀ ਆ ਉਦੋਂ ਬੀਜੇਪੀ ਅਤੇ ਕਾਂਗਰਸ ਨੇ ਇਕੱਠਿਆਂ ਹੋ ਕੇ ਮੇਰੇ ਖਿਲਾਫ਼ ਲੜੀ ਸੀ ਜੀ। ਕਮੇਟੀ 'ਚ ਵੀ ਮੈਂ ਕਬਜ਼ਾ ਕਰ ਗਿਆ ਸਾਂ ਪਿਛਲੀ ਵਾਰਾਂ, ਕੁਛ ਹਾਲਾਤ ਐਸੇ ਬਣੇ ਆਪਣਿਆਂ ਦੀ ਗਲਤੀ ਦੇ ਨਾਲ ਸਾਡੀ ਕਮੇਟੀ ਦੀ ਪ੍ਰਧਾਨਗੀ ਚਲੀ ਗਈ, ਪਰ ਮੈਂ ਸਮਝਦਾ ਕਿ ਮੈਨੂੰ ਪੇਸ਼ੈਂਸ ਰੱਬ ਨੇ ਦਿੱਤੀ ਸੀ, ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਬਟਾਲੇ ਸ਼ਹਿਰ ਦੀ ਡਿਵੈਲਪਮੈਂਟ ਜਿਹੜੀ ਆ ਉਹ ਤਾਂ ਮੇਰੇ ਜੁੰਮੇ ਨਹੀਂ ਸੀ, ਉਹ ਤਾਂ ਹੈਗੀ ਸੀ ਕਮੇਟੀ ਦੇ ਜੁੰਮੇ, ਪਰ ਕਿਉਂਕਿ ਮੈਂ ਪਿੰਡਾਂ ਦੀ ਡਿਵੈਲਪਮੈਂਟ ਨੂੰ ਇੰਨਾ ਔਰਗੇਨਾਈਜ਼ ਕਰਕੇ ਤਰੀਕਾ ਕੀਤਾ ਅਤੇ ਅਸੀਂ ਆਪਣੀ ਇਲੈਕਸ਼ਨ ਜਿਹੜੀ ਆ ਉਹਨੂੰ ਕੈਲਕੂਲੇਟਿਵ ਵੇ ਦੇ ਨਾਲ ਇੱਕ ਸਕੀਮ ਦੇ ਤਹਿਤ ਆਪਣੀ ਮਿਹਨਤ ਦੇ ਤਹਿਤ ਅਸੀਂ ਉਹ ਇਲੈਕਸ਼ਨ ਜਿਹੜੀ ਆ ਸ਼ਹਿਰ ਦਾ ਜਿਹੜਾ ਫਰਕ ਸੀ 9,500 ਵੋਟਾਂ ਦੇ ਉੱਤੇ 9 ਰਾਊਂਡਾਂ ਦੇ ਵਿੱਚ ਅਸੀਂ ਡਾਊਨ ਸਾਂ, ਅਤੇ ਜਿਹੜੇ ਸਾਡੇ ਪੇਂਡੂ ਰਾਊਂਡ ਸੀ ਉਹਦੇ ਗਿਣਤੀ ਦੇ ਉਹ ਸਿਰਫ 4 ਹੀ ਸਨ, ਅਤੇ ਅਸੀਂ ਉਹਨਾਂ 4 ਰਾਊਂਡਾਂ 'ਚ ਉਹਨੂੰ ਨਵਾਂ ਰਾਊਂਡਾਂ ਨੂੰ ਪੁੱਠਾ ਕਰਕੇ ਸਮਾ ਦਿੱਤੀ ਅਤੇ ਉਹ ਅਸੀਂ ਜਿੱਤ ਗਏ। ਪਰ ਉੱਥੋਂ ਭੱਜਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਪਾਰਟੀ ਨੇ ਉਦੋਂ ਵੀ ਸਰਵੇ ਕਰਾਏ ਸੀ, ਹੁਣ ਵੀ ਕਰਾਏ ਸੀ। ਇੱਕ ਮਿੰਟ, ਹੁਣ ਨਹੀਂ, ਹੁਣ ਇੱਕ ਗੱਲ ਇਹ ਸੀ ਕਿ ਇਹ ਸੀਟ ਉਦੋਂ ਦੀ ਨਹੀਂ ਜਿੱਤੀ ਫਤਿਹਗੜ੍ਹ ਚੂੜੀਆਂ, ਪ੍ਰੋਬਲਮ ਇਹ ਸੀ ਕਿ ਜਦੋਂ ਦੀ 12 ਦੀ ਟਿਕਟ ਚੇਂਜ ਕਰਕੇ ਕਾਲੂ ਸਾਹਿਬ ਫੈਮਿਲੀ ਨੂੰ ਦਿੱਤੀ ਉਹ ਅਸੈਂਬਲੀ ਵੀ ਹਾਰ ਜਾਂਦੇ ਰਹੇ ਅਤੇ ਪਾਰਲੀਮੈਂਟ ਵੀ। ਪਰ ਕਿਹਾ ਜਾਂਦਾ ਕਹਿੰਦੇ ਇਹ ਸੀਟ ਵੀ ਕਾਲੂ ਤੁਹਾਡੇ ਕਰਕੇ ਨਹੀਂ ਜਿੱਤਦੇ ਸੀ, ਕਹਿੰਦੇ ਤੁਸੀਂ ਸੀਪ ਲਾਉਂਦੇ ਸੀ ਇਨਡਾਇਰੈਕਟਲੀ। ਦਰਅਸਲ ਇਸ ਤਰ੍ਹਾਂ ਜੀ ਕਿ ਮੈਂ ਆਪਣੇ ਭਰੇ ਭਾਗ 'ਚ ਬੈਠਾ, ਮੈਂ ਆਪਣੇ ਘਰ ਬੈਠਾ, ਜਦੋਂ ਵੀ ਕੋਈ ਬੰਦਾ ਹਾਰ ਜਾਂਦਾ ਨਾ ਜੀ ਸੋਢੀ ਸਾਹਿਬ ਉਹ ਦੂਸਰੇ ਦਾ ਨਾਂ ਲਾਉਂਦਾ, ਜਦੋਂ ਜਿੱਤ ਜਾਂਦਾ ਆ
ਉਦੋਂ ਕਹਿੰਦਾ ਮੈਂ ਜਿੱਤਿਆ। ਜਦੋਂ 97 'ਚ ਕਾਹਲੋਂ ਸਾਹਿਬ ਨੂੰ ਟਿਕਟ ਮਿਲੀ ਸੀ ਮੈਂ ਉਦੋਂ ਇਸ ਹਲਕੇ 'ਚ ਵੀ ਕਾਗਜ਼ ਫਾਈਲ ਕੀਤੇ ਸੀ ਅਤੇ ਕਾਦੀਆਂ 'ਚ ਵੀ ਕੀਤੇ ਸੀ ਕਿਉਂਕਿ ਮੈਂ 1985 'ਚ ਕਾਦੀਆਂ 'ਚ ਇੰਡੀਪੈਂਡੈਂਟ ਚੋਣ ਲੜੀ ਸੀ ਅਤੇ ਮੈਂ 767 ਵੋਟਾਂ ਦੇ ਫਰਕ ਨਾਲ ਹਾਰਿਆ ਸੀ ਜਦੋਂ ਲੌਂਗੋਵਾਲ ਰਾਜੀਵ ਸਮਝੌਤਾ ਸੀ ਔਰ ਇਹ ਪੱਕਾ ਸੀ ਕਿ ਸਰਕਾਰ ਅਕਾਲੀ ਦਲ ਨੂੰ ਦੇਣੀ ਆ ਅਤੇ ਮੈਂ ਉਦੋਂ ਵੀ ਲਾਸਟ ਰਾਊਂਡ ਵਿੱਚ ਜਾ ਕੇ ਹਾਰਿਆ ਸੀ। ਪਰ ਕਿਉਂਕਿ ਜਿਹੜੇ ਸਾਡੇ ਪਿੰਡ ਸੀ ਅੱਜ ਵੀ ਰਿਕਾਰਡ ਮੌਜੂਦ ਆ, ਸਾਡੇ ਪਿੰਡਾਂ ਦੀ ਜਿਹੜੀ ਵੋਟ ਦੀ ਗਿਣਤੀ ਸੀ ਉਹ 'ਚੋਂ ਅਸੀਂ 501 ਵੋਟਾਂ ਨਾਲ ਲੀਡ ਕੀਤਾ ਸੀ, ਇਹ ਔਨ ਰਿਕਾਰਡ ਆ। ਅਤੇ ਜਿਹੜੇ ਸਾਨੀ ਸਾਹਿਬ ਵੱਲੋਂ ਬਟਾਲਿਓ ਪਿੰਡ ਆਏ ਸੀ ਉਹਨਾਂ 'ਚ 700 ਵੋਟ ਸਾਡੀ ਵਧੀ ਸੀ, ਅਤੇ ਜਿਹੜੇ 29 ਬੂਥ ਪੁਰਾਣੇ ਫਤਿਹਗੜ੍ਹ 'ਚੋਂ ਇੱਥੇ ਆਏ ਸੀ ਉੱਥੋਂ ਹੀ ਸੀਟ ਜਿਹੜੀ ਆ ਹਰੀ ਸੀ ਉਦੋਂ ਵੀ ਅਤੇ 17 ਵਿੱਚ ਵੀ ਅਤੇ ਦੂਜੀ ਵੀ। ਇਹ ਔਨ ਰਿਕਾਰਡ ਆ, ਜਿਹੜਾ ਮਰਜ਼ੀ ਚੈੱਕ ਕਰਕੇ ਵੇਖ ਸਕਦਾ, ਮੇਰੇ ਕੋਲ ਵੀ ਲਿਸਕੀ ਕਾਪੀਆਂ ਉਹਦੀਆਂ ਪਈਆਂ ਨੇ। ਜਦੋਂ ਸਾਡੇ ਹਲਕੇ 'ਚੋਂ ਵਧਿਆ ਤਾਂ ਸਾਡੇ ਹਰਾਉਣ ਵਾਲੀ ਗੱਲ ਤਾਂ ਜਿਹੜੀ ਆ ਉਹ ਬਣਦੀ ਨਹੀਂ, ਉਹ ਤਾਂ ਸਿਰਫ ਐਲੀਗੇਸ਼ਨ ਹੁੰਦਾ ਹਰ ਕੈਂਡੀਡੇਟ ਜਦੋਂ ਹਾਰ ਜਾਂਦਾ। ਪਰ ਉਲਟਾ ਇਹ ਕਹਿੰਦੇ ਆ, ਕਹਿੰਦੇ ਵੀ ਪਹਿਲਾਂ ਤੁਸੀਂ ਬਟਾਲੇ ਬੈਠੇ ਵੀ ਰਹੀ ਗਏ ਹੋ ਸਾਨੂੰ ਅਤੇ ਹੁਣ ਕਹਿੰਦੇ ਜਦੋਂ ਇੱਥੇ ਵਾਰੀ ਆਈ ਸੀ ਹੁਣ ਟਿਕਟ ਵੀ ਕਟਵਾ ਦਿੱਤੀ। ਨਹੀਂ, ਇਹ ਤੁਹਾਡੀ ਪਾਰਟੀ ਦਾ ਹੁਕਮ ਹੈ ਜੀ, ਮੈਂ ਕਟਾਉਣ ਵਾਲਾ ਕੌਣ ਹੁੰਦਾ, ਕੋਈ ਮੈਂ ਪਾਰਟੀ ਦੀ ਸੁਪਰੀਮ ਅਥਾਰਟੀ ਤਾਂ ਹੈ ਨਹੀਂਗਾ। ਜਦੋਂ ਮੈਂ ਵਾਰ ਵਾਰ ਕਿਸੇ ਸੀਟ ਦੇ ਉੱਤੇ ਹਾਰ ਜਾਊਂਗਾ ਤਾਂ ਪਾਰਟੀ ਨੇ ਉਹਨੂੰ ਰੀਕਨਸਿਡਰ ਕਰਨਾ ਹੀ ਹੁੰਦਾ ਔਰ ਉਹਨਾਂ ਨੇ ਰੀਕਨਸਿਡਰ ਕੀਤਾ ਔਰ ਉਹਨਾਂ ਨੇ ਇਹ ਵੀ ਨਾਲ ਕੀਤਾ ਕਿ ਬਟਾਲੇ ਦੀ ਇਹਲੇ ਵਧੀਆ ਜਿਹੜੀ ਆ ਪੋਜੀਸ਼ਨ ਬਣ ਗਈ ਆ, ਉਹਨੇ ਇੱਥੇ ਮਿਹਨਤ ਕੀਤੀ ਆ ਅਤੇ ਇੱਥੇ ਕੋਈ ਅਸੀਂ ਹੋਰ ਵੀ ਕੈਂਡੀਡੇਟ ਜੇਕਰ ਖੜਾ ਕਰਾਂਗੇ ਤਾਂ ਉਹ ਵੀ ਸਾਡੀ ਜਿਹੜੀ ਆ ਸੀਟ ਕੱਢ ਸਕਦਾ ਅਤੇ ਫਤਿਹਗੜ੍ਹ ਦੀ ਇਹ ਤੋਂ ਬਗੈਰ ਨਹੀਂ ਨਿਕਲ ਸਕਦੀ। ਉਹ ਇਸ ਕਰਕੇ ਮੈਨੂੰ ਪਾਰਟੀ ਨੇ ਇੱਥੇ ਡਿਊਟੀ ਲਾਤੀ, ਮੈਂ ਇੱਥੇ ਆ ਗਿਆ। ਕੋਈ ਮੇਰੇ ਨਾਂ ਵੇਖੋ ਹਰਾਉਣ ਵਾਲੀ ਗੱਲ ਆ, ਉਹ ਜੀ ਸਰ ਕੇ ਆਖਣ ਮੇਰੇ ਵੱਡੇ ਨੇ, ਸਤਿਕਾਰਯੋਗ ਨੇ। ਮੈਂ ਹੁਣ ਵੀ ਡੇਰਾ ਬਾਬਾ ਨਾਨਕਿਆ ਮੈਂ ਠੋਕ ਕੇ ਸਾਰੇ ਬੰਦਿਆਂ ਨੂੰ ਮਦਦ ਕਰਨ ਡਾਇਆ ਆ, ਹੁਣ ਵੀ ਕਈ ਲੋਕ ਆਖ ਦਿੰਦੇ ਆ ਵੀ ਉਹ ਤੁਹਾਡੇ ਨਾਲ ਨਹੀਂ ਚੱਲ ਰਹੇ। ਮੈਂ ਕਹਿੰਦਾ ਨਹੀਂ, ਕੋਈ ਨਹੀਂ, ਜ਼ਬਾਨੀ ਤੌਰ ਤੇ ਤਾਂ ਲੀਡਰ ਬਹੁਤ ਮਿੱਠੇ ਹੋ ਜਾਂਦੇ ਆ ਪਰ ਅੰਦਰੋਂ ਬੜੀ ਕੜੱਤਣ ਰੱਖਦੇ ਆ। ਤੁਹਾਨੂੰ ਲੱਗਦਾ ਕਿ ਇਸ ਵਾਰ ਕਾਹਲੋਂ ਆਹਾਂ ਨੂੰ ਮੌਕਾ ਮਿਲ ਗਿਆ ਤੁਹਾਡੀ ਮੰਜੀ ਠੋਕਣ ਦਾ? ਸਿਆਸੀ ਮੈਂ ਬੜਾ ਵੇਖੋ ਪਰਮਾਤਮਾ ਤੇ ਭਰੋਸਾ ਰੱਖਣ ਵਾਲਾ ਆਦਮੀ ਆ, ਮੈਨੂੰ ਇੰਨਾ ਅਟੁੱਟ ਵਿਸ਼ਵਾਸ ਹੈ ਜਿਹਨੂੰ ਕਹਿ ਸਕਦੇ ਆ, ਅਟੁੱਟ ਵਿਸ਼ਵਾਸ ਦੇ ਨਾਲ ਮੈਂ 7 'ਚ ਇਲੈਕਸ਼ਨ ਜਿੱਤਿਆ ਸੀ, ਉਦੋਂ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਉਦੋਂ ਵੀ ਕੈਬਨਿਟ ਮੰਤਰੀ ਸਨ, ਅਤੇ ਟੁੱਟ ਵਿਸ਼ਵਾਸ ਦੇ ਨਾਲ ਹੀ ਮੈਂ 17 ਦੇ ਵਿੱਚ ਭਰੋਸੇ ਦੇ ਨਾਲ ਜਿੱਤਿਆ ਅਤੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ 97 'ਚ ਮੈਂ ਕਾਹਲੋਂ ਸਾਹਿਬ ਦੇ ਖਿਲਾਫ਼ ਕਾਗਜ਼ ਫਾਈਲ ਕੀਤੇ ਸੀ ਵਾਪਸ ਲੈ ਕੇ ਅਤੇ ਉਹਨਾਂ ਦੇ ਨਾਲ ਚੜ੍ਹ ਕੇ ਉਹਨੂੰ ਜਿਤਾਇਆ ਸੀ। ਆਖਿਆ ਮੈਨੂੰ ਉਦੋਂ ਵੀ ਨਹੀਂ ਸੀ ਉਹਨਾਂ ਨੇ ਵੀ ਲੋਧੀ ਨੰਗਲ ਕਰਕੇ ਜਿੱਤਿਆ। ਅੱਛਾ, ਇਸ ਗੱਲ 'ਚ ਕਿੰਨੀ ਕੁ ਸੱਚਾਈ ਆ? ਹਾਂਜੀ, ਕਹਿੰਦੇ ਵੀ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ, ਕਹਿੰਦੇ ਸੇਖੜੀ ਦਾ ਦੁਸ਼ਮਣ ਸੀ ਤ੍ਰਿਪਤ ਬਾਜਵਾ, ਤੁਹਾਡੇ ਨਾਲ ਉਹਦੀ ਪੱਕੀ ਯਾਰੀ ਸੀ, ਉਹ ਤੁਹਾਨੂੰ ਬਟਾਲੇ 'ਚ ਆਉਂਦਾ ਸੀ, ਤੁਸੀਂ ਫਤਿਹਗੜ੍ਹ ਚੂੜੀਆਂ 'ਚ ਆਉਂਦੇ ਸੀ। ਕਦੀ ਮੇਰੇ ਇਹਦੇ ਨਾਲ ਕਿਸੇ ਕਿਸਮ ਦੀ ਐਸੀ ਅਕਾਲ ਪੁਰਖ ਜਾਣਦਾ ਕਦੀ ਇਸ ਵਿਸ਼ੇ 'ਤੇ ਗੱਲ ਹੀ ਨਹੀਂ ਹੋਈ, ਕਿਸੇ ਕਿਸਮ ਦੀ ਕਦੀ ਗੱਲ ਨਹੀਂ ਹੋਈ ਔਰ ਨਾ ਉਹ ਕਿਸੇ ਦਾ ਸੱਜਣ ਆ, ਨਾ ਹੀ ਮੈਂ ਸਮਝਣ ਆਇਆ ਕਿਸੇ ਕਿਸਮ ਦਾ ਕੋਈ ਉਹਦੇ ਕੋਲ ਐਸਾ ਵੋਟ ਬੈਂਕ ਸੀ। ਬਟਾਲੇ 'ਚ ਉਹਨੇ ਮੈਨੂੰ ਕਾਹਦੇ ਲਈ ਜਿਤਾਉਣਾ ਸੀ? ਬਟਾਲੇ 'ਚ ਤਾਂ ਮੈਂ ਉਹਦੇ ਖਿਲਾਫ਼ ਲੜਦਾ ਸਾਂ, ਤੁਸੀਂ ਵੇਖੋ ਨਾ। ਹੁਣ ਵੀ ਕਹਿੰਦੇ ਵੀ ਉਹ ਆਪਦੇ ਬੇਟੇ ਨੂੰ ਬਟਾਲੇ ਭੇਜਣਾ ਚਾਹੁੰਦੇ ਸੀ ਅਤੇ ਉਹ ਵਿਲਿੰਗ ਸੀਗੇ ਵੀ ਚਲੋ ਇੱਥੋਂ ਜੇ ਲੋਧੀ ਨੰਗਲ ਆਜੂਗਾ ਤਾਂ ਅਸੀਂ ਮਦਦ ਕਰਾਂਗੇ। ਕੌਣ ਆਉਂਦਾ ਸੀ? ਕੁਝ ਇਸ ਤਰ੍ਹਾਂ ਦੀ ਚਰਚਾ ਸੀਗੀ, ਕਹਿੰਦੇ ਕਿ ਉਹ ਬਟਾਲੇ ਆਪਦੇ ਬੇਟੇ ਨੂੰ ਟਿਕਟ ਦਵਾਉਣੀ ਚਾਹੁੰਦੇ ਆ। ਤ੍ਰਿਪਤ ਰਜਿੰਦਰ ਬਾਜਵਾ ਨਹੀਂ, ਇਹ ਵੀ ਸਾਰੀਆਂ ਇੱਕ ਹਵਾਈ ਗੱਲਾਂ ਨੇ। ਮੇਰਾ ਨਹੀਂ ਖਿਆਲ ਕਿਸੇ ਕਿਸਮ ਦੀ ਗੱਲ, ਵੇਖੋ ਉਹਦੀ ਟਿਕਟ ਅਨਾਊਂਸ ਹੋਈ ਆ, ਅਸੀਂ ਇੱਕ ਦੂਜੇ ਦੇ ਖਿਲਾਫ਼ ਚੋਣ ਲੜ ਰਹੇ ਹਾਂ ਔਰ ਸੇਖੜੀ ਦੇ ਖਿਲਾਫ਼ ਮੈਂ ਲੜਦਾ ਸਾਂ, ਨਾ ਸੇਖੜੀ ਮੇਰੇ ਨਾਲ ਕੋਈ ਅਲਾਇੰਸ ਕਰ ਸਕਦਾ ਸੀ ਨਾ ਤ੍ਰਿਪਤ ਕਰ ਸਕਦਾ ਸੀ। ਔਰ ਇੱਕ ਗੱਲ ਬੜੀ ਸਾਫ਼ ਆ, ਇੱਥੇ ਮੁੰਡਾ ਸਾਡਾ ਖਲੋਤਾ ਹੋਣਾ 1978 ਤੋਂ ਲੈ ਕੇ ਅਸੀਂ ਪਿੰਡ ਦੇ ਸਰਪੰਚ ਤੁਰੇ ਆਉਂਦੇ ਹਾਂ, ਸਾਡੀ 1978 ਤੋਂ ਲੈ ਕੇ ਹੁਣ ਤੱਕ ਪੰਚਾਇਤ ਆ, ਅੱਜ ਵੀ ਪੰਚਾਇਤ ਸਾਡੀ ਆ। ਸਾਡੇ ਪਿੰਡ ਦਾ ਵੀ ਤ੍ਰਿਪਤ ਰਜਿੰਦਰ ਬਾਜਵਾ ਨੇ ਤੋੜ ਕੇ ਐਡਮਿਨਿਸਟ੍ਰੇਟਰ ਲਾਇਆ ਵੀ ਮੈਂ ਇਹਨਾਂ ਨੂੰ ਡਿਵੈਲਪਮੈਂਟ ਨਹੀਂ ਕਰਨ ਦੇਣੀ, ਘੱਟੋ ਘੱਟ ਮੇਰੇ ਪਿੰਡ 'ਚ ਤਾਂ ਸ਼ਰਮ ਕਰਦਾ, 60 ਲੱਖ ਰੁਪਈਆ ਮੇਰੇ ਪਿੰਡ ਦੇ ਵਿੱਚ ਪਾ ਕੇ ਗ੍ਰਾਂਟ ਕਢਾ ਕੇ ਖਾ ਗਏ, ਸਾਨੂੰ ਪਤਾ ਹੀ ਨਹੀਂ। ਹੁਣ ਬਟਾਲੇ ਵਾਲੇ ਕਿੱਧਰ ਜਾਣ? ਬਟਾਲੇ ਵਾਲੇ ਛੋਟੇਪੁਰ ਦੇ ਨਾਲ ਲੱਗੇ ਨੇ, ਤਗੜਿਆ ਹੋ ਕੇ ਅਸੀਂ ਲੱਗੇ ਆ, ਆ ਹੁਣ ਵੀ ਸਵੇਰੇ ਵੀ ਅਜੇ 2-3 ਮੀਟਿੰਗਾਂ ਦਾ ਮੈਂ ਪ੍ਰਬੰਧ। ਤੁਹਾਨੂੰ ਲੱਗਦਾ ਨਹੀਂ ਥੋੜਾ ਜਿਹਾ ਔਖਾ ਹੋ ਜਾਂਦਾ ਲੋਧੀ ਨੰਗਲ ਸਾਹਿਬ ਵੀ ਜਿਹੜੇ ਹਲਕੇ 'ਚ ਇੰਨਾ ਸਮਾਂ ਕੰਮ ਕੀਤਾ, ਨਵੇਂ ਹਲਕੇ 'ਚ ਆਉਣਾ, ਨਵੇਂ ਹਲਕੇ ਨੂੰ ਤਾਂ ਬੰਦੇ ਦੀ ਕੋਈ ਦੇਣ ਵੀ ਨਹੀਂ ਹੁੰਦੀ? ਨਹੀਂ ਵੇਖੋ, ਇਸ ਤਰ੍ਹਾਂ ਨਹੀਂ, ਹੁਣ ਕਿੱਥੋਂ ਕਿੱਥੇ ਆ ਕੇ ਬੰਦੇ ਜਿਹੜੇ ਲੜ ਰਹੇ ਆ, ਇੱਥੇ ਪਾਰਲੀਮੈਂਟ ਦੇ ਬੰਬਿਓ ਆਣ ਕੇ ਲੜੀ ਜਾਂਦੇ, ਉਹਨਾਂ ਦੀ ਕਾਹਦੀ ਦੇਣ ਹੁੰਦੀ ਆ? ਵਿਨੋਦ ਖੰਨਾ ਵੀ ਇੱਥੋਂ ਜਿੱਤਦਾ ਰਿਹਾ ਔਰ ਇੱਥੇ ਮੰਤਰੀ ਦੇ ਖਿਲਾਫ਼ ਲੜ ਰਹੇ ਹੋ, ਮੰਤਰੀ ਦਾ ਤਾਂ ਰੁਤਬਾ ਹੁੰਦਾ, ਕੰਮ ਕੁੰਮ ਕਾਫ਼ੀ ਕੀਤੇ ਹੁੰਦੇ। ਮੈਂ 7 ਜੀ ਮੰਤਰੀ ਇਸੇ ਦੇ ਖਿਲਾਫ਼ ਲੜਿਆ ਸਾਂ, ਉਦੋਂ ਵੀ ਮੈਂ ਸੀਟ ਜਿੱਤੀ ਸੀ ਔਰ ਹਮੇਸ਼ਾ ਹੀ ਜਿਸ ਬੰਦੇ ਨੇ ਬਹੁਤ ਪਾਵਰ ਵੱਡੀ ਇੰਜੋਏ ਕੀਤੀ ਹੋਵੇ ਨਾ ਉਹਦੇ ਕੋਲ ਵੱਡੀਆਂ ਗਲਤੀਆਂ ਹੁੰਦੀਆਂ ਤੇ ਲੋਕ ਉਹਦੇ ਨਾਲ ਅਨਾਇਡ ਹੋ ਜਾਂਦੇ ਨੇ। ਇੱਥੇ ਕੀ ਗਲਤੀ? ਇੱਥੇ ਵੀ ਉਹ ਹਾਲਾਤ ਆ, ਇੱਥੇ ਮਨਰੇਗਾ ਦਾ ਪੈਸਾ ਕਰੋੜਾਂ ਰੁਪਏ ਖਾਧਾ ਗਿਆ, ਟਾਈਲਾਂ ਦਾ ਬਿਜ਼ਨਸ ਹੋਇਆ, ਲੋਕਾਂ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ ਗਿਆ ਕਿ ਤੁਸੀਂ ਇਮੈਜਿਨ ਨਹੀਂ ਕਰ ਸਕਦੇ। ਜਿਹੜੀ 8 ਰੁਪਏ ਵਾਲੀ ਟਾਇਲ ਹੈ, 18 ਰੁਪਏ ਉਹਦਾ ਬਿੱਲ ਪਾਇਆ ਜਾ ਰਿਹਾ, ਲੋਕਾਂ ਨੇ ਆਪਣੇ ਜੀਆਂ ਨੂੰ, ਘਰਦਿਆਂ ਦੇ ਸਰਪੰਚਾਂ ਨੇ ਨਾਂ ਲਿਖ ਕੇ ਮਨਰੇਗਾ ਦੇ ਪੈਸੇ ਪਾਏ ਨੇ ਔਰ ਆਟਾ ਦਾਲ ਦੇ ਕਾਰਡ ਕੱਢ ਦਿੱਤੇ ਗਏ ਔਰ ਤੁਹਾਡੇ ਸਾਹਮਣੇ ਜੋ ਪੈਨਸ਼ਨਾਂ ਸੀ ਉਹ ਕੱਢ ਦਿੱਤੀਆਂ ਗਈਆਂ।
12 साल के सड़क के उत्तों बीटा नहीं उखड़िया जी, पर उस तो पिछों तुम वेख लो यदा हाल 9 दे विच मैं बनाई सी ते ए थां थां टोए पए ने ते बाकी पिंडां दे विच टाइलां दे ढेर लाए जा रहे ने लोकां दे जिथे डेरे दे उत्ते बंबी आ जिथे कोई बंदा रह नहीं रहा उधर नूं भी पए बनाए जा रहे ने ते आ असीं बटाले आए सड़क दा बहुत माड़ा हाल तुसीं वेख्या ना ये फिर मंत्री साहब दे हड़के दी सड़की आ असीं कदे जे छै ओह अलीवाल दे विचों दे पैंदे ते फिर तुहानूं वेंदे तुसीं किस तरीके नाल गड्डी नूं धक्का ला के लंघा के आउणा सी। ये चीजा जेड़िया ने हुण सोलर लाइटां सुट्टियां जा रही जी 12-13 हज़ार की लाइट जलंधरों मर्जी ले लो ये वन क्वालिटी की लाइट मिलती है बट वो इस वे 32-34 हज़ार का बिल पा के सुट्टियां जा रही ने। ये बिजनेस हो रहा डिवेलपमेंट नहीं इतनी हो रही पर मॉडल तो क्या जाता भी बटाले बना के नहीं आए नहीं मेरा तो वस नहीं सी मेरे को वेखो शहर की जी कारपोरेशन सी वो इन्होंने कब्जा कर लिया जबरदस्ती इन्होंने साडे जिहड़े साडे म्युनिसिपल कमिश्नर सी उन्होंने हराया। मैं उत्थे जदों हैगा सी 300 करोड़ रुपया अमृत योजना का जिहड़ा सी मंजूर होया सी उहदी 28 करोड़ 66 लाख की पहली किश्त मैं 2016 के 7वें महीने च इन्हां नूं लिया के दित्ती सी पर मुड़ के क्योंकि वह कारपोरेशन का रौला चल पिया उहदे विच फिर सारी की सारी डिवेलपमेंट तृप्त रजिंद्र बाजवा का सेगड़ी का ही आपस रौला रहा यो करते रहे। मैं तो उत्थे जिहड़ा काम करके आया 2 पावर स्टेशन बना के आया और मैं अचलेश्वर धाम आ उहदा बादल साहब को स्पैशल 4 करोड़ रुपये के नाल उत्थों की वाइडनिंग करके उहदियां लाइट्स लवा के आया और शहर के तकरीबन 154 ट्रांसफार्मर की लोड़ सी वह लवा के आया। सप्लाई बिजली की जी ठीक रीति आ मैं जी कल उ मेरे करने वाली सी ਉਹ ਮੈਂ ਪੂਰਾ ਜ਼ੋਰ ਦੇ ਕੇ ਇੱਥੇ ਹੁਣ ਤੁਹਾਡੇ ਕੀ ਮੁੱਦੇ ਨਜ਼ਰ ਆਉਂਦੇ ਵੀ ਜੇ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਤੇ ਕਿਹੜੀਆਂ ਚੀਜ਼ਾਂ ਦੀ ਸਭ ਤੋਂ ਵੱਡੀ ਘਾਟ ਲੱਗਦੀ? ਮੈਂ ਇੱਥੇ ਜਿਹੜੀ ਸਭ ਤੋਂ ਜ਼ਿਆਦਾ ਮੇਰੀ ਆਪਣੀ ਜਿਹੜੀ ਸੋਚ ਆ ਮੈਂ ਸਮਝਣਾ ਹੈਲਥ ਤੇ ਐਜੂਕੇਸ਼ਨ ਨੂੰ ਠੀਕ ਕਰਨ ਦੀ ਲੋੜ ਆ ਸਾਰੇ ਪੰਜਾਬ 'ਚ ਹੀ ਲੋੜ ਆ ਪਰ ਮੈਂ ਸਪੈਸ਼ਲ ਤਵੱਜੋ ਆਪਣੇ ਹਲਕੇ 'ਚ ਹੈਲਥ ਤੇ ਐਜੂਕੇਸ਼ਨ ਨੂੰ ਦੇਣੀ ਚਾਹੁੰਦਾ ਇਨਵਾਇਰਮੈਂਟ ਨੂੰ ਦੇਣਾ ਚਾਹੁੰਦਾ ਪਾਣੀ ਦੀ ਸਾਫ਼ ਸੁਥਰਾ ਪਾਣੀ ਜਿਹੜਾ ਲੋਕਾਂ ਤੱਕ ਮਿਲੇ ਆਕਸੀਜਨ ਦੀ ਲੋੜ ਪਈ ਸੀ ਹਸਪਤਾਲਾਂ ਚ ਲੱਖਾਂ ਰੁਪਈਆਂ ਦਾ ਬਿੱਲ ਤੁਹਾਨੂੰ ਹਸਪੀਟਲ ਨੂੰ ਦੇਣਾ ਪਿਆ ਤੇ ਜਿਹੜੀ ਆਕਸੀਜਨ ਸਾਨੂੰ ਰੱਬ ਦਿੰਦਾ ਉਸ ਨੂੰ ਖਤਮ ਕਰੀ ਜਾਂਦੇ। ਮੈਂ ਤੇ ਮੇਰਾ ਬੇਟਾ ਦੋਨੇ ਹੀ ਕਰੋਨਾ ਪੋਜ਼ਿਟਿਵ ਆ ਗਏ ਸਨ ਸਟਾਰਟਿੰਗ ਦੇ ਵਿੱਚ ਬੜੀ ਸਾਡੀ ਮੁਸ਼ਕਲ ਹਾਲਤ ਸੀ ਸਾਨੂੰ ਪਤਾ ਸੀ ਉੱਥੇ ਆਕਸੀਜਨ ਤੇ ਰਹੇ ਪਰ ਇਹ ਬਦਕਿਸਮਤੀ ਆ ਨਾ ਲੋਧੀ ਨੰਗਲ ਸਾਹਿਬ ਕਿ ਕਹਿੰਦੇ ਲੀਡਰ ਬਸਲੇਰੀ ਦਾ ਪਾਣੀ ਪੀਂਦੇ ਆ ਇਹਨਾਂ ਨੂੰ ਇਹ ਨਹੀਂ ਫਿਕਰ ਵੀ ਪਾਣੀ ਮਾੜਾ ਹੋ ਗਿਆ ਲੀਡਰਾਂ ਦੇ ਕਹਿੰਦੇ ਏਅਰ ਪਿਓਰੀਫਾਇਰ ਲੱਗੇ ਘਰਾਂ 'ਚ ਇਹਨਾਂ ਨੂੰ ਇਹ ਨਹੀਂ ਫਿਕਰ ਕਿ ਭਾਈ ਇੱਥੇ ਪੋਲਿਊਸ਼ਨ ਹੋ ਗਿਆ ਲੀਡਰਾਂ ਦੇ ਘਰਾਂ 'ਚ ਕਹਿੰਦੇ ਇੰਪੋਰਟਡ ਸਬਜ਼ੀਆਂ ਇੰਪੋਰਟਡ ਫਰੂਟ ਆਉਂਦਾ ਇਹਨਾਂ ਨੂੰ ਪਤਾ ਹੀ ਨਹੀਂ ਆ ਵੀ ਭਾਈ ਤੇਜ਼ਾਬ ਨਾਲ ਵੀ ਗਾਜਰਾਂ ਧੁੱਪੀ ਜਾਂਦੀਆਂ ਤੁਹਾਨੂੰ ਲੱਗਦਾ ਪੰਜਾਬ ਦੀ ਪੋਲਿਟਿਕਸ ਦਾ ਕਦੀ ਇਹ ਮੁੱਦਾ ਬਣੂਗਾ ਕਿ ਯਾਰ ਇਨਵਾਇਰਮੈਂਟ ਤੇ ਟ੍ਰੈਫਿਕ ਪਾਲਿਸੀ ਤੇ ਫੂਡ ਸਿਸਟਮ ਤੇ ਗੱਲਬਾਤ ਹੋ ਜੇ? ਜੇ ਦੇਸ਼ ਨੂੰ ਸੂਬੇ ਨੂੰ ਬਚਾਉਣਾ ਇਹਨਾਂ ਗੱਲਾਂ ਵੱਲ ਚੇਚਾ ਧਿਆਨ ਦੇਣਾ ਪਊਗਾ। ਮੈਂ ਲੋਕਾਂ ਨੂੰ ਔਰਗੈਨਿਕ ਖੇਤੀ ਵਾਸਤੇ ਬਹੁਤ ਪ੍ਰੇਰਦਾ। ਮੈਂ ਆਪਣੇ ਘਰ ਦੇ ਵਿੱਚ ਲੰਬੇ ਸਮੇਂ ਤੋਂ ਔਰਗੈਨਿਕ ਖੇਤੀ ਖਾਣ ਪੀਣ ਜੋਗੀ ਮੈਂ ਐਵੇਂ ਕਹਾਂ ਵੀ ਸਾਰੀ ਫਸਲ ਬੀਜਦਾ ਕਿਉਂਕਿ ਇੱਥੇ ਤੁਹਾਨੂੰ ਮਾਰਕੀਟਿੰਗ ਹੈ ਨਹੀਂ। ਸਰਕਾਰ ਨੂੰ ਚਾਹੀਦਾ ਔਰਗੈਨਿਕ ਖੇਤੀ ਦੀ ਮਾਰਕੀਟਿੰਗ ਪੈਦਾ ਕਰਨ। ਲੋਕ ਮਹਿੰਗੀ ਫੂਡ ਲੈ ਸਕਦੇ ਨੇ ਬਟ ਉਹਨਾਂ ਨੂੰ ਛੋਟੀ ਹੋਵੇ ਵੀ ਇਹ ਫੂਡ ਸਾਫ਼ ਆ ਸਬਜ਼ੀਆਂ ਲੈ ਸਕਦੇ ਨੇ। ਪਾਣੀ ਦੀ ਸਾਨੂੰ ਲੋੜ ਨਹੀਂ ਅਸੀਂ ਤੇ ਆਪਣੇ ਘਰ ਦੇ ਵਿੱਚ ਚਾਟੀ 'ਚ ਪਾਣੀ ਪਾ ਕੇ ਤੇ ਉਹ ਪੀਂਦੇ ਅਸੀਂ ਤੇ ਆਰ ਓ ਸਿਸਟਮ ਨਹੀਂ ਲਾਇਆ ਔਰ ਸਾਡੇ ਮੈਂ ਸਮਝਣਾ ਪਹਿਲੋਂ ਅਸੀਂ ਜਦੋਂ ਆਰ ਓ ਸਿਸਟਮ ਲਾਇਆ ਸਾਡੇ ਗੋਡੇ ਸਾਰਿਆਂ ਦੇ ਖਰਾਬ ਹੋ ਗਏ ਅਸੀਂ ਉਹ ਚਾਟੀ ਦਾ ਪਾਣੀ ਜਦੋਂ ਤੋਂ ਪੀਂਦੇ ਹਾਂ ਅਸੀਂ ਹੈਪੀ ਫੀਲ ਕਰਦੇ ਸਾਡੇ ਗੋਡੇ ਵੀ ਅੱਗੇ ਨਾਲੋਂ ਠੀਕ ਹੋ ਗਿਆ। ਇਹ ਨੈਚੁਰਲ ਚੀਜ਼ਾਂ ਲੋਕ ਛੱਡ ਗਏ ਜਿਹਦੇ ਕਰਕੇ ਬਿਮਾਰੀਆਂ ਵਧੀਆਂ ਜਿਹਦੇ ਕਰਕੇ ਨੁਕਸਾਨ ਹੋਇਆ। ਮੈਂ ਜ਼ੋਰ ਦੇ ਕੇ ਕਹੂੰਗਾ ਕਿ ਸਾਨੂੰ ਨੈਚੁਰਲ ਪੈਥੀ ਵਾਲੇ ਬੰਨੇ ਧਿਆਨ ਦੇਣਾ ਚਾਹੀਦਾ ਔਰ ਐਲੋਪੈਥੀ ਤੋਂ ਸਾਨੂੰ ਬਚਣਾ ਚਾਹੀਦਾ। ਇੱਕ ਗੱਲ ਹੋਰ ਹੈ ਲੋਧੀ ਨਗਰ ਸਾਹਿਬ ਕਿ ਤਮਾਮ ਲੀਡਰਾਂ ਨੇ ਵਿਦੇਸ਼ੀ ਟੂਰ ਲਾਏ ਹੁੰਦੇ ਆ, ਮੇਰਾ ਖਿਆਲ ਆ ਵੀ ਸਾਡੇ ਤਾਂ ਜੰਮਣ ਤੋਂ ਪਹਿਲਾਂ ਤੁਸੀਂ ਬਾਹਰਲੇ ਮੁਲਕ ਵੇਖ ਲਏ, ਉੱਥੋਂ ਆਉਂਦਿਆਂ ਸਾਰ ਕਿਉਂ ਲੀਡਰ ਬਦਲ ਜਾਂਦੇ ਆ? ਲੀਡਰਾਂ ਦੇ ਮਨ 'ਚ ਕਿਉਂ ਨਹੀਂ ਇਹ ਚੇਟਕ ਪੈਦਾ ਹੁੰਦੀ ਕਿ ਯਾਰ ਜੇ ਉੱਥੇ ਟ੍ਰੈਫਿਕ ਪਾਲਿਸੀ ਆ ਉੱਥੇ ਰੂਲ ਰੈਗੂਲੇਸ਼ਨ ਹੈ ਤਾਂ ਸਾਡੇ ਕਿਉਂ ਨਹੀਂ? ਦਰਅਸਲ ਇਸ ਤਰ੍ਹਾਂ ਆ, ਇਹਦਾ ਬੇਸਿਕ ਕਾਰਨ ਇਹ ਆ ਕਿ ਜਿਹੜਾ ਸਾਡਾ ਰੋਡ ਸਿਸਟਮ ਹੈ ਨਾ, ਹਾਂ, ਉਹ ਬੁਨਿਆਦੀ ਢਾਂਚਾ ਜਿਹੜਾ ਨਾ ਸਾਡਾ ਰੋਡਸ ਦਾ, ਸ਼ਹਿਰਾਂ ਦਾ, ਕੰਸਟਰਕਸ਼ਨ ਦਾ, ਇਹਨਾਂ ਨੇ ਕਦੀ ਉਹਦੇ ਵੱਲ ਧਿਆਨ ਨਹੀਂ ਦਿੱਤਾ। ਅੱਜ ਰੋਡ ਬਣ ਰਹੀ ਆ, ਅਸੀਂ ਸੋਚਦੇ ਹਾਂ ਵੀ ਫਿਊਚਰ ਦੇ ਵਿੱਚ ਜਿਸ ਤਰ੍ਹਾਂ ਵੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਡਬਲ ਵੇ ਹਾਈਵੇ ਜਿਹੜੇ ਨੇ ਸਾਰੇ ਬਣਾਏ, ਆਪਾਂ ਬਠਿੰਡੇ ਨੂੰ ਜਾਂਦੇ ਹਾਂ 2 ਘੰਟੇ 'ਚ ਉੱਥੇ ਜਾ ਵੜਦੇ ਹਾਂ, ਮੈਂ 6-6 ਘੰਟੇ ਲੱਗਦੇ ਸੀ। ਅਸੀਂ ਇੱਥੋਂ ਚੰਡੀਗੜ੍ਹ ਜਾਂਦੇ ਹੁੰਦੇ ਸਾਂ, ਉਦੋਂ ਸਾਡੇ ਕੋਲ ਜੀਪ ਹੁੰਦੀ ਸੀ ਔਰ ਮੈਂ ਸਮਝਣਾ ਵੀ ਅਸੀਂ ਚੰਡੀਗੜ੍ਹ ਜਾਣਾ ਅਤੇ ਮੁੜ ਕੇ ਅਗਲੇ ਦਿਨ ਆਉਣਾ ਅਤੇ ਅਗਲੇ ਦਿਨ ਜੀਪ ਵੀ ਵਰਕਸ਼ਾਪ ਲਾਉਣੀ ਅਤੇ ਆਪ ਨੂੰ ਡਾਕਟਰ ਕੋਲ ਜਾ ਕੇ ਕੋਈ ਨਾ ਕੋਈ ਇੰਜੈਕਸ਼ਨ ਲਾਉਣੇ ਵੀ ਸਰੀਰ ਠੀਕ ਹੋ ਜੇ। ਇਹ ਲੋੜ ਜਿਹੜੀ ਆ ਨਾ ਬੜੀ ਜ਼ਰੂਰੀ ਸੀ ਅਤੇ ਅੱਜ ਵੀ ਮੈਂ ਸਮਝਣਾ ਕਿ ਕੋਈ ਵੀ ਰੋਡ ਆ ਉਹਦੇ ਕੰਢੇ ਦੇ ਉੱਤੇ ਲੋਕ ਕੰਸਟਰਕਸ਼ਨ ਕਰੀ ਜਾਂਦੇ ਆ, ਰੋਕਦੇ ਨਹੀਂ। ਫਾਰਮੂਲਾ ਹੈਗਾ ਆ
ਵੀ ਹਾਈਵੇ ਦੇ ਉੱਤੇ 200 ਮੀਟਰ ਦੇ ਅੰਦਰ ਕੋਈ ਚੀਜ਼ ਨਹੀਂ ਬਣਾ ਸਕਦੇ। ਰੂਲ ਐਂਡ ਰੈਗੂਲੇਸ਼ਨ ਨੂੰ ਲਾਗੂ ਤੇ ਐਡਮਿਨਿਸਟ੍ਰੇਸ਼ਨ ਨੇ ਕਰਨਾ, ਪਰ ਐਡਮਿਨਿਸਟ੍ਰੇਸ਼ਨ ਜਦੋਂ ਲਾਗੂ ਕਰਦੀ ਹੈ ਨੋ ਡਾਊਟ ਮੈਂ ਕਹੂੰਗਾ ਉਦੋਂ ਪੋਲੀਟੀਕਲ ਇੰਟਰਫੀਰੈਂਸ ਉਹਦੇ ਵਿੱਚ ਰੁਕਾਵਟ ਬਣਦਾ ਔਰ ਬੜਾ ਸਟ੍ਰਿਕਟਲੀ ਇਹ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਔਰ ਤਦ ਹੀ ਆਪਾਂ ਇਹ ਸਾਰਾ ਸਿਸਟਮ ਠੀਕ ਕਰ ਸਕਦੇ ਹਾਂ। ਜੇ ਆਪਾਂ ਇਹਦੇ ਉੱਤੇ ਪੂਰਾ ਧਿਆਨ ਦੇ ਕੇ ਬਗੈਰ ਕਿਸੇ ਪੋਲੀਟਿਕਸ ਦੀ ਇੰਟਰਫੀਰੈਂਸ ਦੇ ਇਹਨਾਂ ਗੱਲਾਂ ਵੱਲ ਧਿਆਨ ਦਈਏ ਸਾਡੀ ਤੁਸੀਂ ਲੋਕਾਂ 'ਚ ਜਾਂਦੇ ਹੋ ਲੋਧੀ ਨਗਰ ਸਾਹਿਬ, ਹਾਂਜੀ ਹਾਂਜੀ, ਲੋਕਾਂ ਦੀ ਡਿਮਾਂਡ ਕਿਹੋ ਜਿਹੀ ਹੈ, ਕੀ ਐਕਸਪੈਕਟ ਕਰਦੇ ਤੁਹਾਡੇ ਤੋਂ? ਦੁੱਖ ਦੀ ਗੱਲ ਵੱਡੀ ਇਹ ਆ, ਲੋਕ ਬਹੁਤ ਘੱਟ ਥਾਂ ਦੇ ਉੱਤੇ ਕੁਐਸਚਨ ਕਰਦੇ ਆ। ਅੱਛਾ, ਮੈਂ ਜਾਣਾ ਆ ਸਾਰੇ ਹੀ ਪ੍ਰੋਗਰਾਮਾਂ 'ਚ ਤੇ ਮੈਂ ਸਾਰਿਆਂ ਨੂੰ ਕਹਿੰਦਾ ਤੁਸੀਂ ਬੋਲਣ ਦੀ ਆਦਤ ਪਾਓ। ਤੁਹਾਡਾ ਡਰ ਹੈ ਕਿ ਅਗਿਆਨਤਾ? ਨਹੀਂ, ਮੈਂ ਕਹਿੰਦਾ ਵੀ ਅਵੇਅਰਨੈਸ ਨਹੀਂ ਪੂਰੀ ਜਿੰਨੀ ਪੋਲੀਟੀਕਲ ਸਿਸਟਮ ਦੀ। ਮੈਂ ਜਾਣਾ ਪਿੰਡਾਂ 'ਚ ਕੀ ਜਾਂਦੇ ਯਾਰ, ਅਸੀਂ ਡਰਦੇ ਨਹੀਂ ਪੁੱਛਦੇ ਕੱਲ੍ਹ ਨੂੰ ਪਰਚਾ ਕਰਾ ਦੂ। ਇਹ ਗੱਲ ਜਿਹੜੀ ਹੈ ਨਾ ਇਹੋ ਤੇ ਮਾੜੀ ਹੈ, ਕਿੰਨੇ ਕੁ ਦੇ ਪਰਚੇ ਕਰਾ ਦੂਗਾ? ਮੰਨ ਲਓ ਇੱਕ ਤੁਹਾਡੀ ਮੀਟਿੰਗ ਦੇ ਵਿੱਚ 200 ਬੰਦਾ ਬੈਠਾ, ਤੁਹਾਨੂੰ 200 ਉੱਠ ਕੇ ਸਵਾਲ ਕਰੂ ਕਿੰਨੇ ਦੇ ਪਰਚੇ ਕਰਾ ਦੋਗੇ? ਇਹ ਖੌਫ ਜਿਹੜਾ ਆ ਇੱਕ ਐਵੇਂ ਹੀ ਬਣਿਆ ਪਿਆ ਔਰ ਖਾਸ ਕਰਕੇ ਜਿਹੜੇ ਪਿੰਡਾਂ 'ਚ ਸਾਡੀ ਧੜੇਬੰਦੀ ਆ ਉਹ ਸਾਨੂੰ ਬਰਬਾਦ ਕਰ ਰਹੀ ਹੈ ਔਰ ਪੰਚਾਇਤਾਂ ਸਾਡੀ ਧੜੇਬੰਦੀ ਦੀ ਜੜ ਨੇ। ਪਰ ਕਹਿੰਦੇ ਪਾਉਂਦੇ ਤੁਸੀਂ ਧੜੇਬੰਦੀ ਲੀਡਰਾਂ ਨੂੰ ਸੂਟ ਕਰਦੀ? ਠੀਕ ਆ, ਕਈ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਹੋਊਗੀ, ਬਟ ਇੱਕ ਤੁਹਾਨੂੰ ਮੈਂ ਮਿਸਾਲ ਦਿੰਦਾ। ਮੈਂ ਉੱਥੇ ਪੰਚਾਇਤਾਂ ਦੀਆਂ ਚੋਣਾਂ ਕਰਾਈਆਂ ਬਟਾਲੇ, ਕਿਤੇ ਉਸ ਹਲਕੇ 'ਚ ਜਾ ਕੇ ਵੇਖਿਓ ਛੋਟੇਪੁਰ ਦੇ। ਮੈਂ ਉਨੇ ਦਿਨ ਪਿੰਡਾਂ 'ਚ ਨਹੀਂ ਗਿਆ ਜਿੰਨਾ ਚਿਰ ਪੰਚਾਇਤ ਦੀ ਚੋਣ ਨਹੀਂ ਹੋ ਗਈ। ਪੰਜਾਬ ਦੇ ਵਿੱਚ ਮਿਸਾਲ ਹੈ ਇੱਕ, ਸਾਰੀਆਂ ਫਿਰ ਇਲੈਕਸ਼ਨਾਂ ਕਰੀਆਂ, ਦੋਵੇਂ ਧੜਿਆਂ ਦੀ ਚੋਣ ਤੋਂ ਬਾਅਦ ਮੈਂ ਪਿੰਡਾਂ 'ਚ ਗਿਆ। ਮੈਂ ਦੋਨਾਂ ਨੂੰ ਇਕੱਠਿਆਂ ਕਰਕੇ ਪਾਇਆ ਵੀ ਤੁਸੀਂ ਚੋਣ ਲੜ ਲਈ ਹੈ, ਹੁਣ ਆਪਾਂ ਡਿਵੈਲਪਮੈਂਟ ਸਾਰੇ ਪਿੰਡ ਦੀ ਕਰਨੀ ਹੈ। ਮੈਂ ਉਹਨਾਂ ਕੋਲ ਪ੍ਰੋਮਿਸ ਲਿਆ ਵੀ ਮੇਰੇ ਕੋਲ ਸੱਚ ਬੋਲੋਗੇ, ਗੁਰਦੁਆਰਾ ਸਾਹਿਬ ਵਿੱਚ ਹਰ ਪਿੰਡ ਦੇ 'ਚ ਮੇਰੇ ਕੋਲ ਸੱਚ ਬੋਲੋਗੇ, ਵੱਢ ਕੇ ਛੱਬੀ ਨਹੀਂ ਮੈਂ ਬਣਾਉਣ ਦੇਣੀ, ਜੇ ਤਿੰਨ ਜਣੇ ਲੜੋਗੇ ਤਾਂ ਮੈਂ ਚੌਥਾ ਨਹੀਂ ਲੜਾਉਣ ਦੇਣਾ, ਅਤੇ ਮੈਂ ਤੁਹਾਡੇ ਗੁਰਦੁਆਰੇ ਤੁਹਾਨੂੰ ਪ੍ਰੋਮਿਸ ਕਰਦਾ ਵੀ ਮੈਂ ਇਨਸਾਫ ਕਰਾਂਗਾ। ਹੁਣ ਸਾਫ ਕੀਤਾ, ਚੌਥਾ ਹਿੱਸਾ ਵੋਟਾਂ ਦੇ ਵਿੱਚ ਮੈਂ 75% ਵੋਟਾਂ ਦਾ ਲਾ ਕੇ ਉਹ ਮਾਰਿਆ। ਫਿਰ ਸੈਕਿੰਡ ਜਦੋਂ ਚੋਣ ਆਈ ਅਸੈਂਬਲੀ ਦੀ, ਮੈਂ ਉੱਥੇ ਰੱਜ ਕੇ ਪਿੰਡਾਂ ਦੀ ਡਿਵੈਲਪਮੈਂਟ ਕਰਾਈ ਸੀ, ਪਿੰਡਾਂ ਵਾਲੇ ਸਾਰਿਆਂ ਬੰਦਿਆਂ ਨੇ ਜਦੋਂ ਮੈਂ ਫੇਰ ਇਲੈਕਸ਼ਨ ਕਰਾਈ, 81 ਪੰਚਾਇਤਾਂ 'ਚੋਂ 79 ਪੰਚਾਇਤਾਂ ਅਕਾਲੀ ਦਲ ਦੀਆਂ ਬਣ ਗਈਆਂ, 80ਵਾਂ ਸਾਡੇ ਨਾਲ ਆ ਗਿਆ। ਜਿਹੜਾ 81 ਸੀ ਉਹ ਕਹਿੰਦਾ ਮੈਂ ਲੋਧੀ ਨਗਰ ਤੇਰੇ ਨਾਲ ਹਾਂ ਅਤੇ ਮੈਨੂੰ ਪਾਰਟੀ ਚੇਂਜ ਵੀ ਨਾ ਕਰਵਾ ਅਤੇ ਤੈਨੂੰ ਮੈਂ ਅੱਗੇ 350 ਵੋਟ ਦੇ ਉੱਤੇ ਇੱਥੋਂ ਕਾਂਗਰਸ ਜਿੱਤੀ ਰਹੀ ਆ, ਮੈਂ 250 ਵੋਟ 'ਤੇ ਤੈਨੂੰ ਜਿਤਾਊਂ। ਉਹਨੇ ਠੀਕ ਮੈਨੂੰ 250 ਵੋਟ 'ਤੇ ਪਿੰਡੋਂ ਜਿਤਾਇਆ ਸੀ ਔਰ ਮੈਨੂੰ ਇਸ ਗੱਲ ਦਾ ਬੜਾ ਮਾਣ ਆ। ਪੰਜਾਬ 'ਚ ਪਹਿਲੀ ਮਿਸਾਲ ਹੋਊਗੀ ਕਿ ਜਦੋਂ ਚੋਣਾਂ ਆਈਆਂ ਨੇ ਮੈਨੂੰ ਮੇਰੇ ਹਲਕੇ ਬਟਾਲੇ ਦੀਆਂ 81 ਪੰਚਾਇਤਾਂ ਨੇ ਇਕੱਠੇ ਹੋ ਕੇ ਕਿਹਾ ਕਿ ਤੁਸੀਂ ਹੁਣ ਪਿੰਡਾਂ 'ਚ ਨਹੀਂ ਆਉਣਾ, ਅਸੀਂ ਜਾਣੀਏ, ਸਾਡਾ ਕੰਮ ਜਾਣੇ, ਤੁਸੀਂ 5 ਸਾਲਾਂ 'ਚ ਓਨੈਸਟੀ ਨਾਲ ਇੱਕ ਲੱਤ 'ਤੇ ਖਲੋ ਕੇ ਸਾਡੀ ਡਿਵੈਲਪਮੈਂਟ ਕਰਾਈ ਆ, ਅਸੀਂ ਜਾਣੀਏ, ਸਾਡਾ ਕੰਮ ਜਾਣੀਏ। ਔਰ 81 ਪਿੰਡਾਂ 'ਚੋਂ ਕਿਸੇ ਨੇ ਮੇਰੇ ਕੋਲ ਪਾਣੀ ਦੇ ਗਲਾਸ ਦੀ ਡਿਮਾਂਡ ਨਹੀਂ ਕੀਤੀ। ਇਹ ਪਹਿਲਾ ਹਾਲਾਤ ਆ, ਜਾ ਕੇ ਪੈਰੀਫਾਈ ਕਰੋ ਕਿਤਨਾ ਲੋਕਾਂ ਨੇ। ਇਸ ਕਰਕੇ ਵੀ ਮੈਂ ਫੇਰ ਇਲੈਕਸ਼ਨ ਕਰਾਈ, ਮੈਂ ਕਿਸੇ ਨੂੰ ਨਹੀਂ ਆਖਿਆ। ਮੈਂ ਸਰਪੰਚ ਨੂੰ ਕਿਹਾ ਯਾਰ ਇੱਕ ਨੂੰ 450 ਲੈ ਕੇ ਸਰਪੰਚ ਬਣ ਗਿਆ, ਦੂਜੇ ਨੂੰ 400 ਪੈ ਗਈ। ਇਨਸਾਫ਼ ਤਾਂ ਮੈਨੂੰ ਯਾਦ ਆ ਗਿਆ, ਬੇਅਦਬੀ ਵਾਲਾ ਮਸਲਾ। ਹਾਂਜੀ, ਸਰਕਾਰ ਇਹ ਵੀ ਚਲੀ ਗਈ ਆ, ਹਾਂਜੀ, ਕੋਈ ਗੱਲ ਤਾਂ ਅੰਨੇ ਬੰਨੇ ਲੱਗੀ ਨਹੀਂ ਆ। ਤੁਹਾਡੇ 'ਤੇ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਵੀ ਅਕਾਲੀਆਂ ਦੇ ਰਾਜ 'ਚ ਹੋਈ ਹੈ, ਇੱਥੋਂ ਤੱਕ ਇਹ ਵੀ ਕਹਿ ਦਿੱਤਾ ਗਿਆ ਵੀ ਇਹਨਾਂ ਨੇ ਕਰਵਾਈ ਹੈ। ਬੇਅਦਬੀ ਵਾਲਾ ਮਸਲਾ, ਨਸ਼ਿਆਂ ਵਾਲਾ ਮਸਲਾ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਤੁਹਾਨੂੰ ਲੱਗਦਾ ਕਿ ਲੋਕਾਂ ਦਾ ਜਿਹੜਾ ਤੁਹਾਡੇ ਪ੍ਰਤੀ ਉਹ ਰੰਜ ਜਾਂ ਗੁੱਸਾ ਸੀ ਹੁਣ ਠੰਡਾ ਹੋ ਗਿਆ? ਦਰਅਸਲ ਇੱਕ ਚੀਜ਼ ਮੈਂ ਤੁਹਾਨੂੰ ਆਪ ਪੁੱਛਣਾ ਚਾਹੁੰਦਾ, ਜਿਹੜਾ ਬੰਦਾ ਰਾਜ ਭਾਗ ਕਰ ਰਿਹਾ ਉਹ ਕਹੂਗਾ ਵੀ ਮੇਰੇ ਰਾਜ ਭਾਗ 'ਚ ਕੋਈ ਡਿਸਟਰਬੈਂਸ ਹੋਵੇ? ਕੋਈ ਨਹੀਂ ਚਾਹੁੰਦਾ। ਈਵਨ ਭਾਵੇਂ ਕਾਂਗਰਸ ਦਾ ਰਾਜ ਹੋਵੇ, ਭਾਵੇਂ ਕਿਸੇ ਦਾ ਹੋਵੇ, ਜਿਹੜੀ ਪਾਰਟੀ ਰੂਲਿੰਗ ਆ ਉਹ ਬਿਲਕੁਲ ਨਹੀਂ ਚਾਹੁੰਦੀ ਕਿ ਕੋਈ ਡਿਸਟਰਬੈਂਸ ਹੋ ਕੇ ਸਾਡੇ ਲਈ ਪ੍ਰੋਬਲਮ ਪੈਦਾ ਹੋਵੇ। ਫਿਰ ਧਾਰਮਿਕ ਜਿਹਦਾ ਅਕਾਲੀ ਦਲ ਦੇ ਨਾਲ ਆਪਣਾ ਸ਼੍ਰੋਮਣੀ ਕਮੇਟੀ ਦਾ ਅਤੇ ਅਕਾਲੀ ਦਲ ਦਾ ਇੱਕ ਆਪਸ ਵਿੱਚ ਰਾਬਤਾ ਆ, ਰਿਸ਼ਤਾ ਆ, ਸਾਡਾ ਧਰਮ ਅਤੇ ਸਾਡੀ ਰਾਜਨੀਤੀ ਇਕੱਠੀ ਆ। ਦੇਖੋ ਬਹੁਤ ਲੋਕ ਸ਼ਰਾਰਤੀ ਤੁਰੇ ਫਿਰਦੇ, ਕਈ ਤਰ੍ਹਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਐਸੀਆਂ ਗੱਲਾਂ ਪੈਦਾ ਕਰਦੀਆਂ ਨੇ, ਜਾਣ ਬੁੱਝ ਕੇ ਵੀ ਕਈਆਂ ਥਾਵਾਂ 'ਤੇ ਡਿਸਟਰਬੈਂਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੱਡੀ ਵੱਡੀ ਗੱਲ ਅਕਾਲ ਤਖਤ ਸਾਹਿਬ 'ਤੇ ਖਲੋ ਕੇ ਬਾਦਲ ਸਾਹਿਬ ਨੇ ਕੀਤੀ ਸੀ, ਕਿਉਂ ਕੀਤੀ? ਵੀ ਉਹਦਾ ਕੱਖ ਨਾ ਰਹੇ ਜਿਹਨੇ ਬੇਅਦਬੀ ਕਰਵਾਈ ਆ, ਅਤੇ ਜਿਹੜਾ ਬੰਦਾ ਇਹਨੂੰ ਸਪੋਰਟ ਕਰਦਾ ਉਹਦਾ ਵੀ ਕੱਖ ਨਾ ਰਹੇ, ਅਤੇ ਜਿਹੜਾ ਇੱਥੇ ਰਾਜਨੀਤੀ ਕਰਦਾ ਉਹਦਾ ਵੀ ਕੱਖ ਨਾ ਰਹੇ। ਹਸ਼ਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਸਾਹਮਣੇ ਹੋਊਗਾ ਜੀ। ਅਕਾਲ ਪੁਰਖ ਨੂੰ ਜਿਹੜਾ ਬੰਦਾ ਚੈਲੰਜ ਕਰਦਾ, ਦੇਖੋ ਧਰਮ ਸਾਰੇ ਚੰਗੇ ਨੇ, ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰੱਖਣਾ, ਧਰਮ ਸਾਰੇ ਚੰਗੇ ਨੇ। ਔਰ ਸਭ ਤੋਂ ਵੱਡੀ ਜੇਕਰ ਕਿਸੇ ਕਿਸਮ ਦੀ ਡਿਸਟਰਬੈਂਸ ਪੈਦਾ ਕੀਤੀ ਜਾ ਸਕਦੀ ਹੈ ਤਾਂ ਧਰਮ ਨੂੰ ਡਿਸਟਰਬ ਕਰਕੇ ਕੀਤੀ ਜਾਏ। ਕਹਿੰਦੇ ਲੀਡਰ ਹੀ ਕਰਦੇ, ਕਮਿਊਨਲ ਪੋਲਿਟਿਕਸ, ਭਾਵੇਂ ਲੀਡਰ ਦਾ ਨਾਂ ਲਾ ਲਓ, ਭਾਵੇਂ ਕੁਛ ਏਜੰਸੀਆਂ ਦਾ ਨਾਂ ਲਾ ਲਓ,
ਭਾਵੇਂ ਕੁਛ ਡੇਰਾ ਢਾਰਕਾਂ ਦਾ ਨਾਂ ਲਾ ਲਓ, ਮਤਲਬ ਉਹਦੇ ਪਿੱਛੇ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੇ ਭੋਲੇ ਭਾਲੇ ਲੋਕਾਂ ਕੋਲੋਂ ਐਸਾ ਕੰਮ ਔਨ ਪੇਮੈਂਟ ਜਾਂ ਉਹਨਾਂ ਨੂੰ ਜਜ਼ਬਾਤੀ ਕਰਕੇ ਕਰਾਉਂਦੇ ਨੇ। ਹੋਰ ਇਹਦੇ ਮਗਰ ਕਿਸੇ ਕਿਸਮ ਦਾ ਮੈਂ ਨਹੀਂ ਸਮਝਦਾ ਵੀ ਰਾਜਨੀਤੀ ਦਾ ਫਾਇਦਾ ਉਹਨਾਂ ਚੱਕਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਇਸ਼ੂ ਉਹਨਾਂ ਦੇ ਕੋਲ ਸੀ ਵੀ ਇਹ ਧਾਰਮਿਕ ਪਾਰਟੀ ਆ, ਇਹਦਾ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਜਿਹੜਾ ਇਹ ਧਰਮ ਦਾ ਇਹਨਾਂ ਦਾ ਅਲਾਈਨ ਆ ਅਲਾਈਨਮੈਂਟ ਆ, ਅਤੇ ਅਸੀਂ ਇਹਨਾਂ ਨੂੰ ਉਸ ਇਸ਼ੂ 'ਤੇ ਬਦਨਾਮ ਕਰੀਏ ਕਿਉਂਕਿ ਇਹ ਵੀ ਧਰਮ ਦੇ ਨਾਂ ਦੇ ਉੱਤੇ ਵੋਟਾਂ ਮੰਗ ਲੈਂਦੇ ਆ, ਪੰਥ ਦਾ ਕਹਿ ਕੇ ਇਹਨਾਂ ਨੇ ਉਹਦਾ ਉਹ ਇਸ਼ੂ ਇਸ ਤਰੀਕੇ ਨਾਲ ਬਣਾਇਆ। ਫਿਰ ਹੁਣ ਲੱਭਿਆ ਕਿਉਂ ਨਾ, ਦੇਖੋ ਮਾਫ ਕਰਨਾ ਜੀ, ਸਾਡੇ ਕੋਲ ਨਹੀਂ ਲੱਭਿਆ, ਸਾਡੀ ਪਾਰਟੀ ਦੀ ਸਰਕਾਰ ਨੇ ਉਸ ਵੇਲੇ ਸਿੱਟ ਬਣਾਈ ਔਰ ਖਟਰਾ ਸਾਹਿਬ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ ਉਹੀ ਬਾਅਦ ਵਿੱਚ ਜਿਹੜੀ ਸਾਹਮਣੇ ਆਈ, ਉਦੋਂ ਇਹਨਾਂ ਨੇ ਕਿਹਾ ਵੀ ਕੇਸ ਜਿਹੜਾ ਸੀ ਬੀ ਆਈ ਨੂੰ ਦਿਓ, ਅਸੀਂ ਪੰਜਾਬ ਗੌਰਮੈਂਟ ਦੇ ਉੱਤੇ ਸਾਨੂੰ ਭਰੋਸਾ ਨਹੀਂ, ਸਾਰਿਆਂ ਨੂੰ ਤੁਹਾਨੂੰ ਪਤਾ ਸੀ ਬੀ ਆਈ ਨੂੰ ਦੇਤਾ, ਉਹੀ ਪੁਲਿਸ ਸੀ ਜਦੋਂ ਇਹਨਾਂ ਦੀ ਗੌਰਮੈਂਟ ਆਈ, ਇਹਨਾਂ ਆਖਿਆ ਅਸੀਂ ਵਾਪਸ ਸੀ ਬੀ ਆਈ ਤੋਂ ਲੈਣਾ। ਫਿਰ ਵੇਖੋ ਯਾਰ, ਪੁਲਿਸ ਤਾਂ ਉਹੀ ਆ, ਪੁਲਿਸ ਨੇ ਤਾਂ ਹੁਕਮ ਮੰਨਣਾ, ਜੇ ਇਹਨਾਂ ਵੇਲੇ ਹੁਕਮ ਮੰਨਦੀ ਸੀ ਤੇ ਦੋ ਚਾਰ ਸਵਾਲ ਮੇਰੇ ਤੁਹਾਡੀ ਨਿੱਜੀ ਜ਼ਿੰਦਗੀ ਦੇ ਬਾਰੇ ਹੈ ਲੋਧੀ ਨਗਲ ਸਾਹਿਬ, ਤੁਹਾਡਾ ਕਾਰੋਬਾਰ ਕੀ ਹੈ? ਮੇਰਾ ਕਾਰੋਬਾਰ ਨਿਰਾ, ਮੈਂ ਕਿਸਾਨ ਆ, ਬਿਲਕੁਲ ਹੀ ਇੱਕ ਵੀ ਹੋਰ ਭੋਰਾ ਜਿਹਨਾਂ ਵੀ ਹੋਰ ਕੋਈ ਕਾਰੋਬਾਰ। ਕਿੰਨੀ ਜ਼ਮੀਨ ਤੁਹਾਡੇ ਕੋਲ? ਮੇਰੇ ਕੋਲ ਤਕਰੀਬਨ 38 ਏਕੜ ਜ਼ਮੀਨ ਹੈ, 38 ਏਕੜ। ਆਪ ਖੇਤੀ ਕਰਦੇ ਹੋ? ਆਪ ਖੇਤੀ ਕਰਦੇ, ਰਾਈਟ। ਤੁਹਾਡੀ ਫੈਮਿਲੀ 'ਚ ਕੌਣ ਕੌਣ ਆ ਬੱਚੇ ਤੁਹਾਡੇ? ਮੇਰੀ ਫੈਮਿਲੀ 'ਚ ਮੇਰੇ 2 ਬੱਚੇ ਨੇ, ਇੱਕ ਜਿਹੜਾ ਆ ਇੱਕ MSc IT ਆ, ਰਾਈਟ, ਦੂਜਾ PhD ਆ, ਅਸਿਸਟੈਂਟ ਡਾਇਰੈਕਟਰ ਸਪੋਰਟਸ ਹੈ ਜਰੂਨ ਯੂਨੀਵਰਸਿਟੀ ਦੇ ਵਿੱਚ, ਰਾਈਟ, ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ। ਔਰ ਛੋਟਾ ਕੈਨੇਡਾ ਆ, ਕੈਨੇਡਾ ਤੋਂ ਹੁਣ ਆਇਆ, ਉਹਦੇ ਬੱਚੇ ਉੱਥੇ ਨੇ, ਉਹਨਾਂ ਨੇ ਹੁਣ ਆਉਣਾ ਆ ਕਿਉਂਕਿ ਉਹਦੀ ਵਾਈਫ ਉੱਥੋਂ ਦੀ PRC, ਇਸ ਕਰਕੇ ਉਹਨੂੰ। ਕਾਹਦੀ ਕਾਸ਼ਤ ਕਰਦੇ ਹੋ ਫਿਰ ਤੁਸੀਂ? ਅਸੀਂ ਆਲਮੋਸਟ ਖੇਤੀ ਜਿਹੜੀ ਆ ਇਹਦੀ ਪੈਡੀ ਦੀ ਅਤੇ ਕਣਕ ਦੀ ਜ਼ਿਆਦਾ ਕਰਦੇ ਹਾਂ, ਜਾਂ ਅਸੀਂ ਆਪਣੇ ਵਾਸਤੇ ਜਿਸ ਤਰ੍ਹਾਂ ਹੁੰਦੀ ਆ ਸਰੋਂ ਬੀਜ ਲੈਂਦੇ ਹਾਂ, ਮਸਰ ਬੀਜ ਲੈਂਦੇ ਹਾਂ, ਦਾਲਾਂ ਦੂਲਾਂ ਅਸੀਂ ਆਪਣੀਆਂ ਜਿਹੜੀਆਂ ਬੀਜ ਲੈਂਦੇ ਹਾਂ, ਮੋਸਟਲੀ ਇੱਥੇ ਖੇਤੀ ਜਿਹੜੀ ਆ ਝੋਨੇ ਦੀ ਅਤੇ ਕਣਕ ਦੀ ਆ। ਤੁਹਾਡਾ ਰੂਟੀਨ ਕੀ ਹੈ, ਲਾਈਫ ਸਟਾਈਲ ਕੀ ਤੁਹਾਡਾ? ਇਲੈਕਸ਼ਨ ਦਾ ਕਿ ਅੱਗੋਂ ਪੁੱਛੋ ਅੱਗੋਂ ਰੂਟੀਨ 'ਚ ਤੁਹਾਡਾ ਕੀ ਚੱਲਦਾ, ਮਤਲਬ ਚੋਣਾਂ 'ਚ ਤਾਂ ਪਤਾ ਹੀ ਆ। ਰੂਟੀਨ ਦੇ ਵਿੱਚ ਦਰਸ ਲਿਆ ਵੀ ਮੈਂ ਜਦੋਂ ਦਾ ਇਸ ਕੰਮ ਵਿੱਚ ਪਿਆ, ਉਹ ਮੇਰੀ ਹਵੇਲੀ ਆ ਡੰਗਰਾਂ ਵਾਲੀ, ਹਾਂ, ਉਹ 'ਚ 10 ਸਾਲ ਹੋ ਗਏ ਮੇਰੇ ਕੋਲ ਨਹੀਂ ਜਾਇਆ ਗਿਆ। ਅੱਛਾ, ਆਹ ਸਾਹਮਣੇ ਮੇਰੀ ਪਬਲਿਕ ਸਿਟਿੰਗ ਦਫ਼ਤਰ ਆ, ਨਾਲ ਸਾਰਾ ਗੱਲ ਆ, ਅੱਗੇ ਮੇਰਾ ਬਟਾਲੇ ਸੀ, ਹਾਂ, ਇੱਥੋਂ ਉੱਠ ਕੇ ਉੱਥੇ ਦਫ਼ਤਰ ਜਾਣਾ, ਦਫ਼ਤਰ ਤੋਂ ਗੱਡੀ 'ਚ ਬਹਿ ਜਾਣਾ ਅਤੇ ਹਲਕੇ 'ਚ ਚਲੇ ਜਾਣਾ। ਅੱਛਾ, ਮੈਂ ਜੇ ਤੁਸੀਂ ਕਹੋ ਤਾਂ 24 ਆਵਰ ਲੋਕਾਂ ਨੂੰ ਦੇਣਾ ਟਾਈਮ, ਹਾਂ, ਮੇਰਾ ਹੋਰ ਇਸ ਤੋਂ ਇਲਾਵਾ ਕੋਈ ਕੰਮ ਨਹੀਂ, ਔਰ ਰੂਟੀਨ ਹੀ ਮੇਰੀ ਹੈ ਵੀ ਸਵੇਰੇ ਉੱਠਣਾ, ਜਦੋਂ ਜਿੱਥੇ ਮੈਨੂੰ ਕਿਸੇ ਨੇ ਕਾਲ ਕੀਤਾ ਮੈਂ ਉੱਥੇ ਚੱਲ ਜਾਣਾ। ਅੱਜ ਕੱਲ੍ਹ ਦਾ ਤਾਂ ਚਲੋ ਭਲਾ ਬੜਾ ਸ਼ਡਿਊਲ ਬਿਜ਼ੀ ਆ, ਅਦਰਵਾਈਜ਼ ਵੀ ਮੈਂ ਹਰ ਦੁੱਖ ਸੁੱਖ ਦੇ ਵਿੱਚ ਆਲਵੇਜ਼ ਹੀ, ਜਦੋਂ ਦਾ ਮੈਂ ਹੋਸ਼ ਸੰਭਾਲੀ ਆ ਉਦੋਂ ਦਾ ਮੈਂ ਸ਼ਾਮਿਲ ਰਿਹਾ। ਮੈਂਬਰ ਪੰਚਾਇਤ ਤੋਂ ਮੈਂ ਬਣ ਕੇ ਤੁਰਿਆ, ਮੇਰਾ ਪਿਓ MLA ਨਹੀਂ ਸੀ, ਕੋਈ ਮੇਰਾ ਪਿਓ ਮਿਨਿਸਟਰ ਨਹੀਂ ਸੀ, ਮੈਂ ਬਹੁਤ ਹੱਥੀਂ ਮਿਹਨਤ ਕੀਤੀ ਆ, ਸਖਤ ਵਰਕ ਕੀਤਾ, ਲੋਕਾਂ ਲਈ ਬਹੁਤ ਮੈਂ ਜੂਝਿਆ ਆ। ਔਖਾ ਟਾਈਮ ਕਿਹੜਾ ਯਾਦ ਆ ਤੁਹਾਨੂੰ ਵੀ ਧੰਦ ਪਿੱਟੇ ਹੁਣ ਬੰਦਾ ਕਹਿੰਦਾ ਯਾਰ ਬੜੇ ਔਖੇ ਸੀ? ਔਖੇ ਉਦੋਂ ਸੀ ਜਦੋਂ ਅੱਤਵਾਦ ਦਾ ਸਮਾਂ ਸੀ, ਮੈਂ ਇਕੱਲਾ ਹੀ ਸੀ ਜਿਹੜਾ ਇੱਥੇ ਹਲਕੇ 'ਚ ਬੈਠਾ ਸੀ, ਕੋਈ ਵੱਡਾ ਲੀਡਰ ਕਿਤੇ ਲਾਗੇ ਚਾਗੇ ਦੂਰ ਦੂਰ ਨਹੀਂ ਸੀ ਲੱਭਦਾ, ਲੋਕਾਂ ਦੀਆਂ ਟਰਾਲੀਆਂ ਭਰ ਭਰ ਕੇ ਇੱਥੇ ਆਉਂਦੀਆਂ ਸੀ। ਮੇਰੀ ਮਾਤਾ ਬਹੁਤ ਸਾਊ ਲੇਡੀ ਸੀ, ਰਾਤ ਦਿਨ ਲੰਗਰ ਪਕਾ ਕੇ ਲੋਕਾਂ ਨੂੰ ਛਕਾਉਂਦੀ ਸੀ, ਔਰ ਤੁਸੀਂ ਯਕੀਨ ਨਹੀਂ ਕਰਨਾ ਉਹਦੇ ਹੱਥਾਂ ਦੀਆਂ ਤਲੀਆਂ ਘਸ ਗਈਆਂ ਲੋਕਾਂ ਦੇ ਭਾਂਡੇ ਮਾਂਝ ਮਾਂਝ ਕੇ, ਪਰ ਲੋਕਾਂ ਨੂੰ ਪਿੱਛਾ ਨਹੀਂ ਦਿੱਤਾ। ਮੈਂ ਤੁਸੀਂ ਯਕੀਨ ਕਰੋ, ਗੰਗਾਨਗਰ ਦੇ ਅੱਗੇ ਰਾਏ ਸਿੰਘ ਵਾਲਾ ਆ, ਮੈਂ ਉੱਥੋਂ ਤੱਕ ਲੋਕਾਂ ਦੇ ਮਗਰ ਗਿਆ, ਉੱਥੇ ਕੋਈ ਵੋਟਾਂ ਤਾਂ ਨਹੀਂ ਨਾ ਲੈਣੀਆਂ, ਇੱਧਰ ਮੈਂ ਜੰਮੂ ਕਸ਼ਮੀਰ ਤੱਕ ਜਾਂਦਾ ਰਿਹਾ ਵੀ ਲੋਕ ਪ੍ਰੋਬਲਮ ਸੀ, ਅਤੇ ਮੇਰਾ ਲੋਕਾਂ ਦੇ ਨਾਲ ਦਿਲੀ ਹਮਦਰਦੀ ਸੀ ਕਿ ਜੇ ਸਮਾਜ ਤੁਹਾਡਾ ਸੁਭਾਅ ਤੁਹਾਡੇ ਫਾਦਰ 'ਤੇ ਜਾਂ ਮਾਂ 'ਤੇ? ਦੇਖੋ ਮੇਰੇ ਮਾਂ ਦੇ ਫਾਦਰ 'ਤੇ ਮੈਂ 2 ਸਾਲ ਦਾ ਸੀ ਜਦੋਂ ਗੁਜ਼ਰ ਗਿਆ, ਵੇਖਿਆ ਹੀ ਨਹੀਂ। ਅੱਛਾ, ਹਾਂ, ਅਤੇ ਮੈਂ ਤਾਂ 2 ਸਾਲ ਦਾ ਸੀ, ਪਾਕਿਸਤਾਨ 'ਚੋਂ ਸਾਡੀ ਫੈਮਿਲੀ ਉਜੜ ਕੇ ਆਈ ਸੀ, ਅਸੀਂ ਤਾਂ ਇੱਥੇ ਆਣ ਕੇ ਪੈਦਾ ਹੋਏ ਹਾਂ 50 ਦੇ ਵਿੱਚ ਤਕਰੀਬਨ, ਅਤੇ ਜ਼ਮੀਨ ਸਾਡੀ ਲੰਬੀ 'ਚ ਸੀ, ਬਾਅਦ ਵਿੱਚ ਅਲਾਟਮੈਂਟ ਜਿਹੜੀ ਆ ਜਦੋਂ ਆਈ ਪਾਕਿਸਤਾਨ 'ਚੋਂ ਕਲੇਮ, ਅਸੀਂ ਉੱਥੋਂ ਜ਼ਮੀਨ 2-3 ਵਾਰਾਂ ਵੇਚ ਕੇ ਅਤੇ ਇਸ ਪਿੰਡ ਵਿੱਚ ਲਈ। ਪਹਿਲੀ ਤੁਹਾਡੇ ਕੋਲ ਚੰਗੀ ਹੈ, ਫਿਰ ਇਹਦਾ ਮਤਲਬ ਮਾੜਾ ਦੌਰ ਦੇਖਣ ਦਾ ਮੌਕਾ ਤਾਂ ਨਹੀਂ ਮਿਲਿਆ ਹੋਣਾ? ਨਹੀਂ, ਪਹਿਲੋਂ ਮਿਲਿਆ ਜੀ, ਪਹਿਲੋਂ ਜਦੋਂ ਅਸੀਂ ਨਾਨਕੇ ਪਲੇ ਆਪਣੇ, ਉਦੋਂ ਤੇ ਜ਼ਮੀਨ ਦੀ ਅਜੇ ਐਲੋਕੇਸ਼ਨ ਆਈ ਨਹੀਂ ਸੀ, ਇੱਥੇ ਕੱਚੀ ਅਲਾਟਮੈਂਟ 'ਚ ਆਣ ਕੇ ਸਾਡੀ ਫੈਮਿਲੀ ਬੈਠੀ ਸੀ। ਇਹ ਫਿਰ ਜਿਹੜਾ ਏਰੀਆ ਸੀ ਇਹ ਇਹਨਾਂ ਨੂੰ ਨਰੋਵਾਲ ਵਾਲਿਆਂ ਨੂੰ, ਦੂਜਿਆਂ ਚੀਜ਼ਾਂ ਨੂੰ, ਇੱਥੇ ਜਦੋਂ ਆਰਡਰ ਆ ਗਏ ਵੀ ਇੱਧਰ ਉਹ ਲੋਕਾਂ ਨੂੰ ਜ਼ਮੀਨ ਦੇਣੀ ਆ, ਲਾਹੌਰੀਏ ਅਸੀਂ ਲਾਹੌਰ ਨੂੰ ਬਿਲੋਂਗ ਕਰਦੇ ਹਾਂ, ਪਾਕਿਸਤਾਨ ਬਾਰਡਰ ਦੇ ਨਾਲ ਹੀ ਨਾ ਵਾਗੇ ਦੇ ਸਾਡਾ ਪਿੰਡ ਆ ਪੁਰਾਣਾ ਭਸੀਨ, ਜਿਹੜਾ ਕਿੱਕੀ ਢਿਲੋਂ ਦਾ ਪਿੰਡ ਹੈ ਨਾ, ਸਾਡਾ ਵੀ ਉਹੀ ਆ, ਠੀਕ ਹੈ। ਅਤੇ ਉਹ ਫਿਰ ਅਸੀਂ ਉੱਥੇ ਸਾਡੀ ਅਲਾਟਮੈਂਟ ਹੋ ਗਈ, ਫਿਰ ਸਾਡੇ ਇੱਥੇ ਲਾਗੇ ਨਾਨਕੇ ਸੀ ਮਾਦੀਪੁਰ ਦੇ ਲਾਗੇ, ਮਜੀਠਾ ਆਪਣਾ ਅਜਨਾਲੇ ਹਲਕੇ 'ਚ ਹੁਣ ਪੈਂਦੇ ਆ, ਫਿਰ ਅਸੀਂ ਨਾਨਕੇ ਸਾਡੀ ਮਾਤਾ ਸਾਨੂੰ ਲੈ ਗਈ। ਇਹ ਘਰ ਫਿਰ ਤੁਸੀਂ ਆਪ ਬਣਾਇਆ? ਇਹ ਘਰ ਅਸੀਂ ਆਪ ਬਣਾਇਆ ਸੀ 2003 ਦੇ ਵਿੱਚ,
2003 ਦੇ ਵਿੱਚ ਅਸੀਂ ਇਹ ਘਰ ਬਣਾਇਆ ਸੀ। ਪਹਿਲੋਂ ਸਾਡਾ ਘਰ ਸੀ, ਪਹਿਲੋਂ ਦੂਸਰੀ ਸਟਾਈਲ ਦੇ ਵਿੱਚ ਸੀ, ਮੁੜ ਕੇ ਅਸੀਂ ਥੋੜਾ ਚੇਂਜ ਕਰਕੇ ਤੇ ਇੱਕ ਬਣਾਇਆ। ਜ਼ਿੰਦਗੀ ਦਾ ਸਭ ਤੋਂ ਉਦਾਸ ਸਮਾਂ ਕਿਹੜਾ ਸੀ ਲੋਧੀ ਨਗਰ ਸਾਹਿਬ? ਕਦੀ ਜ਼ਿੰਦਗੀ 'ਚ ਮੈਂ ਆਪਣੇ ਆਪ ਨੂੰ ਉਦਾਸ ਮਹਿਸੂਸ ਨਹੀਂ ਕੀਤਾ। ਮੇਰੀ ਪੇਸ਼ੈਂਸ ਬਹੁਤ ਆ। ਅੱਛਾ। ਤੇ ਮੈਂ ਸੈਟਿਸਫਾਈਡ ਬਹੁਤ ਆ, ਅਸਲ ਜਿਹੜੀ ਗੱਲ ਆ। ਮੈਂ ਓਨੈਸਟਲੀ ਤੁਹਾਨੂੰ ਕਹਾਂ, ਮੈਂ ਅੱਜ ਕੱਲ੍ਹ ਇਲੈਕਸ਼ਨ ਨਹੀਂ ਸੀ ਲੜਨੀ ਚਾਹੁੰਦਾ, ਮੈਨੂੰ ਤਾਂ ਪਾਰਟੀ ਨੇ ਇੱਥੇ ਕਰਤਾ। ਮੇਰੇ ਬੱਚੇ ਨੇ ਦੋਵੇਂ ਮੈਨਾਂ ਨੂੰ ਕਿਹਾ, ਪੁੱਤ ਮੈਂ ਮੈਂਬਰ ਪੰਚਾਇਤ ਤੋਂ ਤੁਰ ਕੇ MLA ਬਣ ਗਿਆ। ਲੋਕਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ, ਜਿਵੇਂ ਲੋਕਾਂ ਦੇ ਨਾਲ ਆਪਣਾ ਜ਼ਿੰਦਗੀ ਦਾ ਸਮਾਂ ਲਾਇਆ। ਅਤੇ ਮੈਂ ਚਾਹੁੰਦਾ ਵੀ ਹੁਣ ਲੋਕ ਅੱਜ ਪੋਲੀਟਿਕਸ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਸਤਿਕਾਰ ਹੈ ਨਹੀਂ, ਅਤੇ ਮੈਂ ਕਹਿ ਸਕਦਾ ਕਿ ਤੁਸੀਂ ਲੋਕਾਂ ਦੇ ਮੂੰਹੋਂ ਸੁਣ ਸਕਦੇ ਜੀ ਤੁਹਾਡੇ ਪਿਓ ਨੂੰ ਕੋਈ ਮਾੜਾ ਨਹੀਂ ਕਹਿੰਦਾ। ਮੈਂ ਇੰਨੇ ਲੰਮੇ ਸਮੇਂ ਦੇ ਵਿੱਚ ਕਿਸੇ ਦਾ ਦਿਲ ਨਹੀਂ ਦੁਖਾਇਆ, ਕਿਸੇ ਕੋਲ ਕਦੀ ਤੇਲ ਨਹੀਂ ਪਵਾਇਆ। ਮੈਂ ਆਪਣੇ ਆਪ ਲੋਕਾਂ ਦੀ ਸੇਵਾ ਕੀਤੀ ਆ, ਅਤੇ ਆਪਾਂ ਇਹ ਕੰਮ ਛੱਡ ਦਈਏ। ਫਿਰ ਇਹਨਾਂ ਫੈਸਲਾ ਕੀਤਾ ਕਿ ਜੇ ਪਾਰਟੀ ਸਾਨੂੰ ਸਾਡੇ ਵਾਲ ਕੇ ਟਿਕਟ ਦੇ ਜੂਗੀ ਤਾਂ ਅਸੀਂ ਲੜ ਲਾਂਗੇ। ਪਰ ਇੱਕ ਵਾਰ ਤੁਸੀਂ ਅਨਸੈਟਿਸਫਾਈ ਵੀ ਨਜ਼ਰ ਆਏ ਬਾਦਲ ਸਾਹਿਬ ਦੇ ਬੈਠਿਆਂ, ਤੁਸੀਂ ਕਿਹਾ ਕਿਆ ਯਾਰ ਮੈਂ ਤਾਂ ਪੈਲੀ ਵੇਚ ਵੇਚ ਕੇ ਇਲੈਕਸ਼ਨ ਲੜੀ ਜਾਂਦਾ, ਉਹ ਮੈਨੂੰ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਹੀ ਦੇ ਦਿਓ। ਉਹ ਸਾਡੀਆਂ ਇੱਕ ਹਾਸੇ ਮਜ਼ਾਕ ਦੀਆਂ ਗੱਲਾਂ ਸੀ ਜਦੋਂ ਬਟਾਲਿਓ ਆਏ ਸੀ, ਅਤੇ ਸਾਰੇ ਬੰਦੇ ਕਹਿ ਰਹੇ ਸੀ ਕਿ ਵੀ ਤੁਸੀਂ ਉਹਨਾਂ ਲੋਕਾਂ ਨੂੰ ਐਵੇਂ ਹੀ ਲੀਡਰੀਆਂ ਦੇਈ ਜਾਂਦੇ ਜੇ ਜਿਨ੍ਹਾਂ ਦੀ ਕਾਰਗੁਜ਼ਾਰੀ ਕੋਈ ਨਹੀਂ, ਅਸੀਂ ਤਾਂ ਰੋਣਾ ਪੈਲੀ ਵੇਚ ਕੇ ਇਲੈਕਸ਼ਨ ਲੜਦੇ ਹਾਂ। ਤੋ ਇਸ ਕਰਕੇ ਜੇ ਅਸੀਂ ਵੀ ਕਿਸੇ ਅਹੁਦੇ ਤੋਂ ਹੋਈਏ ਤਾਂ ਸਾਨੂੰ ਪੈਲੀ ਨਾ ਵੇਚਣੀ ਪਏ। ਮਤਲਬ ਤਾਂ ਇਹੋ ਹੀ ਆ ਨਾ ਵੀ ਕੁਛ ਇੱਕ ਐਸੇ ਅਦਾਰੇ ਨੇ ਜਿੱਥੇ ਤੁਹਾਨੂੰ 4 ਰੁਪਈਏ ਬਚ ਜਾਂਦੇ ਨੇ, ਮੈਂ ਕਹੂੰਗਾ ਇਹ 'ਚ ਕੋਈ ਦੋ ਰਵਾ ਨਹੀਂ ਗੀਆਂ। ਬਟ ਮੇਰਾ ਕੋਈ ਜ਼ਿੰਦਗੀ 'ਚ ਕਰਪਸ਼ਨ ਕਰਨ ਦਾ ਮੁੱਦਾ ਨਹੀਂ ਰਿਹਾ, ਨਾ ਮੈਂ ਕਦੀ ਕੋਈ ਐਸੇ ਮਸਲੇ 'ਚ ਪਿਆ ਹਾਂ। ਮੈਂ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵੀ ਰਿਹਾ ਹਾਂ। ਬਟ ਲੱਗਦਾ ਕਿ ਇਲੈਕਸ਼ਨ ਦੇ ਖਰਚੇ ਲੀਡਰਾਂ ਨੂੰ ਕਰਪਟ ਕਰ ਦਿੰਦੇ ਆ? ਨੋ ਡਾਊਟ, ਸਭ ਤੋਂ ਵੱਡੀ ਪ੍ਰੋਬਲਮ ਇਹ ਹੈ। ਜੇ ਲੋਕ ਇਲੈਕਸ਼ਨ ਸਸਤੀ ਕਰ ਦੇਣ ਤਾਂ ਲੀਡਰ ਆਪੇ ਠੀਕ ਰਹੇ। ਮੈਂ ਕਿਹਾ ਆ ਇਲੈਕਸ਼ਨ ਕਮਿਸ਼ਨ ਨੇ ਹੁਣ ਲਾਇਆ ਨਾ, ਮੈਂ ਕਹਿੰਦਾ ਇਲੈਕਸ਼ਨ ਕਮਿਸ਼ਨ ਨੂੰ ਬਾਊਂਡ ਕਰ ਦੇਣਾ ਚਾਹੀਦਾ, ਹਾਊਸ ਅਰੈਸਟ ਕਰ ਦੇਣੀ ਚਾਹੀਦੀ ਲੀਡਰ, ਇਹ ਅੰਦਰ ਹੀ ਰਹਿਣ, ਟੈਲੀਫੋਨਾਂ ਦੇ ਉੱਤੇ ਆਪਣੀ ਇਲੈਕਸ਼ਨ ਲੜ ਲੈਣ, ਇਹ ਜਾਣ ਹੀ ਨਾ ਬਾਹਰ। ਚਲਾਉਣੇ ਹੋ ਵਟਸਐਪ ਫੇਸਬੁੱਕ? ਹਾਂ ਚਲਾਉਣੇ ਹਾਂ ਜੀ, ਬਹੁਤ ਚੱਲਦਾ ਸਾਡਾ। ਅਸੀਂ ਸਮਝਦੇ ਹਾਂ ਵੀ ਇਹ ਚੀਜ਼ ਜਿਹੜੀ ਆ ਤੁਹਾਨੂੰ ਲੋੜ ਮਾਰਦੀ ਆ। ਜਦੋਂ ਲੋਕ ਸ਼ਰਾਬਾਂ ਮੰਗਣਗੇ, ਜਦੋਂ ਲੋਕ ਤੁਹਾਡੇ ਕੋਲ ਪੈਸੇ ਮੰਗਣਗੇ, ਹੁਣ ਜਿਹਨਾਂ ਲੋਕਾਂ ਨੇ ਅਰਬਾਂ ਰੁਪਈਆ ਖਰਚਿਆ ਕਮਾਇਆ ਆ, ਉਹ ਬੰਦੇ ਇਹੋ ਜਿਹੇ ਹੀਲੇ ਵਰਤਣ ਡਏ ਆ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਨਾ ਸਾਨੂੰ ਇਲੈਕਸ਼ਨ ਫੰਡ ਦਿਓ, ਨਾ ਅਸੀਂ ਤੁਹਾਡੀ ਕੋਈ ਇਸੇ ਜਿਹੇ ਚੱਕਰ 'ਚ ਪੈ ਸਕਦੇ ਹਾਂ। ਤੁਹਾਡੀ ਮਰਜ਼ੀ ਆ, ਵੋਟਾਂ ਪਾ ਦਿਓਗੇ ਮਿਹਰਬਾਨੀ ਆ, ਨਾ ਪਾ ਦਿਓਗੇ ਤਦ ਵੀ ਅਸੀਂ ਖੁਸ਼ ਹਾਂ। ਆਖਰੀ ਸਵਾਲ ਮੇਰਾ, ਪੜ੍ਹੇ ਕਿੱਥੇ ਹੋ ਅਤੇ ਤੁਹਾਡੇ ਬਚਪਨ ਦੇ ਪੱਕੇ ਆੜੀ ਕਿਹੜੇ ਸੀ ਜਿਹੜੇ ਅੱਜ ਵੀ ਨਾਲ ਆ? ਅਸਲ ਵਿੱਚ ਜਿਹੜੀ ਗੱਲ ਆ, ਮੈਂ ਨਿਜ਼ਾਮਪੁਰਾ ਪਿੰਡ ਸੀ ਜਿੱਥੇ ਸਾਡਾ ਛੋਟਾ ਬਚਪਨ ਸੀ, ਉੱਥੋਂ ਮੈਂ 4 ਜਮਾਤਾਂ ਤੱਕ ਅਤੇ ਚੱਕ ਸਿਕੰਦਰ ਪੜ੍ਹਿਆ। ਉੱਥੇ ਜਮਾਤਾਂ 'ਚ ਆਉਂਦੇ ਸਕੂਲ ਸੀ, ਮੁੜ ਕੇ 5ਵੀਂ ਜਮਾਤ ਲਾ ਕੇ ਬਲ ਬਾਵਾ ਸੀ ਪਿੰਡ, ਉੱਥੇ 5 ਜਮਾਤਾਂ ਦਾ ਸਕੂਲ ਸੀ, ਮੈਂ ਉੱਥੇ ਪੜ੍ਹਿਆ। ਫਿਰ ਮੈਂ 6ਵੀਂ ਜਮਾਤ ਵਿੱਚ ਫਤਿਹਗੜ੍ਹ ਚੂੜੀਆਂ ਗੌਰਮੈਂਟ ਹਾਈ ਸਕੂਲ 'ਚ ਆ ਕੇ ਦਾਖਲ ਹੋਇਆ। ਮੈਟ੍ਰਿਕ ਅਸੀਂ ਇੱਥੋਂ ਕੀਤੀ, ਫਿਰ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਚਲੇ ਗਿਆ। ਖਾਲਸਾ ਕਾਲਜ ਦੇ ਵਿੱਚ ਕਰਦਿਆਂ ਕਰਦਿਆਂ ਉੱਥੋਂ ਇਹ ਵੀ ਮੈਂ BA ਦੀ ਡਿਗਰੀ ਤਾਂ ਨਹੀਂ ਲੈ ਸਕਿਆ, ਕਿਉਂਕਿ ਮੈਂ ਇੱਧਰਲੇ ਬੰਨੇ ਫਸ ਗਿਆ, ਪਰ ਉਹ ਮੇਰੀ ਕੰਪਾਰਟਮੈਂਟ ਨਾਲ ਵਿੱਚੇ ਖਲੋਤੀ ਰਹਿ ਗਈ। ਇਹ ਮੇਰੀ ਐਜੂਕੇਸ਼ਨ ਦਾ ਸਾਰਾ ਸਪੀਅਰ ਆ, ਪਰ ਇਨ ਬਿਟਵੀਨ ਸ਼ਾਇਦ ਇਸੇ ਕਰਕੇ ਬੱਚੇ ਤੁਸੀਂ ਚੰਗੇ ਪੜ੍ਹਾ ਲਏ। ਮੈਂ ਤਦੇ ਕਰਕੇ ਮੇਰੇ ਮਨ 'ਚ ਸੀ ਵੀ ਇਹ ਕਮੀ ਰਹਿ ਗਈ, ਨੋ ਡਾਊਟ। ਤੋਂ ਠੀਕ ਸਵਾਲ ਕੀਤਾ, ਮੇਰੇ ਮਨ 'ਚ ਇਹੋ ਜਿਹੀ, ਮੈਂ ਜ਼ੋਰ ਦਿੰਦਾ ਜ਼ੋਰ ਦੇ ਕੇ ਜਿੰਨਾ ਪੜ੍ਹਿਆ ਜਾਂਦਾ ਪੜ੍ਹ ਲਓ, ਪੜ੍ਹਾਈ ਬਹੁਤ ਹੋਈ। ਮੈਂ ਬੰਬੇ ਚਲੇ ਗਿਆ, ਬੰਬੇ ਚਲੇ ਗਿਆ ਫਿਲਮਾਂ ਦੇ ਵਿੱਚ। ਅੱਛਾ, ਸ਼ਾਇਦ ਤੁਹਾਨੂੰ ਪਤਾ ਹੋਵੇ ਜਾਂ ਨਾ ਹੋਵੇ, ਬਿਲਕੁਲ ਮੈਂ ਪੰਜਾਬੀ ਫਿਲਮਾਂ 'ਚ ਵੀ ਕੰਮ ਕਰਦਾ ਰਿਹਾ, ਪਰ ਮੈਂ ਉੱਥੇ ਵੇਖਿਆ ਵੀ ਮੇਰੇ ਕੋਲ ਅੰਗਰੇਜ਼ੀ ਨਹੀਂ ਬੋਲੀ ਜਾਂਦੀ, ਮੈਨੂੰ ਉਹ 'ਚ ਇਨਫੀਰੀਟੀ ਕੰਪਲੈਕਸ ਸੀ। ਬੰਬੇ ਵਰਗੇ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਲੋਕਾਂ ਦੇ ਕੋਲ ਐਜੂਕੇਸ਼ਨ ਅਤੇ ਇੰਗਲਿਸ਼ ਦਾ ਬੜਾ ਮਹਾਰਤ ਸੀ। ਮੈਂ ਪੂਨਾ ਇੰਸਟੀਚਿਊਟ 'ਚ ਵੀ ਗਿਆ, ਮੈਂ ਇੱਥੇ ਚੰਡੀਗੜ੍ਹ ਇੱਕ ਫਿਲਮ ਇੰਸਟੀਚਿਊਟ ਹੁੰਦਾ ਸੀ ਕੁਆਤਰੇ ਦਾ। ਉੱਥੇ ਸਬੱਬ ਕਿਵੇਂ ਬਣਿਆ ਤੁਹਾਡਾ ਬੰਬੇ? ਸਬੱਬ ਮੇਰਾ ਇਸ ਤਰ੍ਹਾਂ ਬਣਿਆ ਵੀ ਮੈਂ ਨਾ ਜਮਾਂਦਰੂ ਪਗੜੀ ਸ਼ਗੜੀ ਬੜੀ ਵਧੀਆ ਬੰਦਾ ਹੁੰਦਾ, ਅਤੇ ਮੈਨੂੰ ਇੱਕ ਪਗੜੀ ਸੈਂਟਰ ਵਾਲੇ ਬੰਬੇ ਲੈ ਗਏ ਵੀ ਤੁਹਾਡੀ ਅਸੀਂ ਮਾਡਲਿੰਗ ਕਰਨੀ ਹੈ। ਉੱਥੇ ਮੈਂ ਗਿਆ, ਉੱਥੇ ਮੇਰਾ ਕਈਆਂ ਲੋਕਾਂ ਨਾਲ ਵਾਹ ਪੈ ਗਿਆ, ਉਹਨਾਂ ਕਹਿ ਨਹੀਂ ਯਾਰ ਤੂੰ ਆਸ ਬਰੋ, ਮੈਂ ਫਿਰ ਸਿਰ ਸੁਰ ਬਣਾਇਆ ਹੁੰਦਾ ਸੀ ਐਕਚੁਲੀ, ਅਤੇ ਪੱਗ ਬੰਨ੍ਹਾ ਹੁੰਦਾ। ਫਿਰ ਉਹਨਾਂ ਨੇ ਮੈਨੂੰ ਉੱਥੇ, ਸਾਡੇ ਇੱਥੇ ਜਗਜੀਤ ਸੀ ਮੁੰਡਾ ਡਾਇਰੈਕਟਰ ਹੁੰਦਾ ਪੰਜਾਬੀ ਫਿਲਮਾਂ ਦਾ, ਉਹਨੇ ਮੈਨੂੰ ਕਿਹਾ ਵੀ ਨਹੀਂ ਯਾਰ ਲਖਵੀਰ ਤੂੰ ਏਡਾ ਸਮਾਰਟ ਆਦਮੀ ਹੈ ਨਾ, ਤੇਰਾ ਵਧੀਆ ਪਰਸਨੈਲਿਟੀ ਆ, ਅਤੇ ਆਪਾਂ ਨੂੰ ਇੱਥੇ ਆਪਾਂ ਟਾਈਮ ਲਾਉਣਾ ਚਾਹੀਦਾ। ਫਿਰ ਮੈਂ ਉੱਥੇ, ਸੱਚੀ ਗੱਲ ਆ, ਇੱਥੇ ਪ੍ਰਦੀਪ ਕੁਮਾਰ ਮੇਰੇ ਘਰ ਆਇਆ, ਜਿਹੜਾ ਪੁਰਾਣਾ ਨਾਰਕਲੀ ਤਾਜ ਮਹਿਲ ਫਿਲਮਾਂ ਦਾ ਹੀਰੋ ਹੁੰਦਾ ਸੀ, ਉਹ ਲੋਧੀ ਨਗਰ ਵੇਖੋ ਹੋ ਕੇ ਗਿਆ ਸਾਡੇ ਕੋਲ, ਅਤੇ ਉਹ ਫਿਰ ਹਾਲਾਤ ਇਹ ਬਣੇ ਵੀ ਮੈਨੂੰ ਉਦੋਂ ਫਿਲਮਾਂ ਬੜੀਆਂ ਮਿਲੀਆਂ, ਇੱਕ ਝੂਮਰ ਸੀ, ਇੱਕ ਦੋ ਪਠਾਨ ਸੀ, ਇੱਕ ਕੱਲ ਕੀ ਬਾਤ ਸੀ, ਇਹਦੀ ਫਿਲਮਾਂ ਮੈਨੂੰ ਮਿਲੀਆਂ। ਉਹ ਸਾ ਐਮਰਜੈਂਸੀ ਲੱਗ ਗਈ। ਅੱਛਾ, ਅਤੇ ਅੰਡਰਵਰਲਡ ਦੇ ਪੈਸੇ ਉੱਥੇ ਲੱਗਦੇ ਆ ਮੁੜ ਤੋਂ ਮੈਨੂੰ ਪਤਾ, ਉਹ ਮੈਂ ਬੰਦੇ ਸਾਰੇ ਹਾਜੀ ਮਸਤਾਨ ਬਰੂਆ ਵਰਗੇ ਸਾਰੇ ਅੰਡਰ ਗਰਾਊਂਡ ਹੋ ਗਏ ਕਿਤੇ, ਉਹ ਸਾਡੀਆਂ ਫਿਲਮਾਂ ਸਾਰੀਆਂ ਡੱਬੇ 'ਚ ਪੈ ਗਈਆਂ। ਫਿਰ ਇੱਕ ਸ਼ਹੀਦ ਊਧਮ ਸਿੰਘ ਉਹਨਾਂ ਦੇ ਨਾਲ ਪੰਜਾਬੀ ਫਿਲਮ ਸੀ, ਉਹ ਕੰਪਲੀਟ ਹੋਈ ਸੀ 82 'ਚ। ਫਿਰ ਇੱਕ ਗੋਰੀ ਦੀਆਂ ਝਾਂਜਰਾਂ ਸੀ, ਉਹ ਹੋਈ ਸੀ।
फिर एक RSVP हुण पिछे भी फिल्म वाले मेरे गुगू गिल होनी सारे जने आए सी ओह इत्थे मेरे घर दी भी शूटिंग करके गया फिर उन्होंने मेनू नाल लास्ट क्लाइमैक्स दे विच फिर मेरे को कप लिया ठीक है ओह साडा शौक सी चलो मुड़ के असीं इहदे जहेदरां दे काबू आ गए जहेदरां ने दोस्त किहड़े किहड़े थोड़े देखो मेरे दोस्त एक तो इतने मुंडा हुणे खलोता सी लाडा आया भी साडे नाल फिल्मां च हुंदा सी इह हुंदा सी स्टंटमैन ਇਹ ਅਸੀਂ ਬੰਬੇ ਦੇ ਯਾਰ ਹਾਂ ਦਿੱਲੀ ਯਾਰ ਹੈ ਇਹ ਹੁਣ ਕੈਨੇਡਾ ਆਪਣੇ ਇੰਗਲੈਂਡ ਹੁੰਦਾ ਅਮਰੀਕਾ ਹੁੰਦਾ ਇੱਕ ਮੇਰਾ ਛੋਟਾ ਵੀਰ IAS ਇਕਬਾਲ ਸਿੰਘ ਜਿਹੜਾ ਡੈਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਰਿਹਾ ਔਰ 4.5 ਸਾਲ ਹੁਸ਼ਿਆਰਪੁਰ ਵੀ ਰਿਹਾ ਉਹ ਮੇਰਾ ਬਚਪਨ ਦਾ ਯਾਰ ਆ ਉਸ ਤਰ੍ਹਾਂ ਦੇ ਸਾਡੇ ਯਾਰ ਹੋਰ ਬਹੁਤ ਨੇ ਪਰ ਨੀਅਰੈਸਟ ਜਿਹੜਾ ਆਪਾਂ ਸਮਝਦੇ ਹਾਂ ਵੀ ਜ਼ਿਆਦਾ ਵਾਸਤਾ ਜਿਹਨਾਂ ਨਾਲ ਰਿਹਾ ਉਹ ਸਾਡੇ ਜ਼ਿਆਦਾ ਹੀ ਸਾਰੀ ਜ਼ਿੰਦਗੀ ਇੱਕ ਦੂਸਰੇ ਨਾਲ ਨਿਭੇ ਹਾਂ ਅਤੇ ਇੱਕ ਦੂਜੇ ਨਾਲ ਵਰਤੇ ਆ ਬਾਕੀ ਉਸ ਤਰ੍ਹਾਂ ਦੀ ਜ਼ਿੰਦਗੀ 'ਚ ਹੁਣ ਰਾਜਨੀਤੀ 'ਚ ਤਾਂ ਬਹੁਤ ਯਾਰ ਹੁੰਦੇ ਨੇ ਅਤੇ ਉਹ ਆਉਣ ਜਾਣ ਵਾਲਾ ਸਿਲਸਿਲਾ ਹੁੰਦਾ ਚੱਲਦਾ ਰਹਿੰਦਾ ਬਹੁਤ ਮਿਹਰਬਾਨੀ ਲੁਧਿਆਣਾ ਸਾਹਿਬ ਥੈਂਕ ਯੂ ਵੈਰੀ ਮਚ